कांशी टीवी देख रहे मेरे प्यारे वीरों, मेरी भैनों, मेरे प्यारे दोस्तों, मेरे वालों भुगन सिंह वालों आप सब जू जय गुरुदेव, जय भीम, जय इंसान, प्यार भरी सत श्री अकाल। असी पेश होए हैं लैके प्रोग्राम भगत दे मसले। भगत दे मसले दे विच अज मेरा साथ मेरे प्यारे साथी सुरिंदर बिरदी जी देंगे। हाँ जी भगवान जी, कांशी टीवी का बहुत बहुत धन्यवाद। जय गुरुदेव, जय भीम, जय इंसान, तुहाडा बहुत बहुत धन्यवाद जिहड़ा तुसीं मैनूं लोकां दे नाल रूबरू कर रहे हो। कांशी टीवी दे स्टाफ दा भी बहुत बहुत धन्यवाद जिहड़ा सानूं मौका दे रहा लोकां दे नाल टाइम टू टाइम गलबात करन दा, ते असीं जिहड़े लोकां दे पख दे मसले आ उहनां ते अपनी राय दिंदे आ। धन्यवाद जी, मेहरबानी। दोस्तो, जिस तरह मैं अगे हमेशा कहना कि पख दे मसले तां बहुत हुंदे ने, पर असीं उही चुणदे आ जिहड़े सानूं लगदा है कि साडी कम्यूनिटी नाल जुड़े हुए ने ते जां लोकां नाल जुड़े हुए ने। दोस्तों, एक पंजाब तो खबर आ रही है कि एक जशनप्रीत नाँ की बेटी जिसकी बीमारी नाल मौत हुई है, उसनू लैके काफ़ी जिहड़े लोग ने वह सियासी रोटियां सेकण लगे हुए ने, जिन्हां दे विच कई पार्टियां ने, खास करके सिमरत मान उन्होंने एक बयान दिते ने, लखा सदाणा आ वो फिरदा चक्की पूछ, ये सारा कुछ हैगा जिन्हां नूं इन्हां नूं सिर्फ सिर्फ को गल चाहीदी है। गल है वो जिहड़ी बेटी है जशनप्रीत, वह रामपुरा फूल दे जिले की हैगी है, तो चौके पिंड उहदा पिंड है। वह पंजाबी यूनिवर्सिटी पटियाला दे विच पढ़दी सी, ते वो जब बेटी उत्थे पढ़दी है तां उत्थे बीमार रहिंदी सी, ते उत्थे सारयां नूं पता, उहदे सारे जिहड़े प्रोफेसर ने टीचर ने उन्हां नूं पता सी कि बीमार है, ते उस दे जिहड़ियां हाजरियां सी उह वी घट सीगियां, ते उस नूं मैनेजमेंट जिहड़ी कमेटी है उसने सरजीत सिंह नाम दा जिहड़ा एक प्रोफेसर है टीचर है उहदे कहे ते उन्होंने आए ते उन्होंने पुछ गल कीती कि बेटी तूं वी जिहड़ा तेरा आसां दी जिहड़ी कसर है ਇਹ ਤੇਰੀ ਜ਼ਿਆਦਾ ਵੱਧਦੀ ਜਾ ਰਹੀ ਆ, ਵੀ ਤੂੰ ਆਪਣੀ ਅਟੈਂਡੈਂਸ ਪੂਰੀਆਂ ਨਹੀਂ ਕਰ ਸਕਣੀ ਆ। ਅਤੇ ਉਹ ਉਹਨਾਂ ਨੇ ਮੈਨੇਜਮੈਂਟ ਨੇ ਕਿਹਾ ਵੀ ਤੇਰੇ ਆਪਣੇ ਮਾਂ ਬਾਪ ਨਾਲ ਮਿਲ ਕੇ ਗੱਲ ਕਰਨੀ ਆ। ਉਹ ਮਾਂ ਬਾਪ ਦੇ ਉਹਨਾਂ ਨਾਲ ਗੱਲ ਕੀਤੀ ਗਈ, ਜਿਹੜੀ ਮੈਨੇਜਮੈਂਟ ਕਮੇਟੀ ਯੂਨੀਵਰਸਿਟੀ ਸੀ ਉਹਨਾਂ ਨੇ ਗੱਲ ਕੀਤੀ ਕਿ ਬਈ ਇੱਥੋਂ ਜਿਹੜੀ ਦਵਾਈਆਂ ਯੂਨੀਵਰਸਿਟੀ 'ਚੋਂ ਮਿਲਦੀਆਂ ਜਾਂ ਜਿਹੜੀਆਂ ਇੱਥੇ ਇਹ ਦਵਾਈਆਂ ਕੈਮਿਸਟਾਂ ਤੋਂ ਲੈਂਦੇ ਆ, ਇਸ ਦੇ ਨਾਲ ਇਹ ਬੇਟੀ ਦਾ ਨਹੀਂ ਇਲਾਜ ਹੋਣਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਾਫੀ ਜ਼ਿਆਦਾ। ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸਦਾ ਪੂਰਾ ਇਲਾਜ ਕਰਾਓ, ਫਿਰ ਇਹਨੂੰ ਯੂਨੀਵਰਸਿਟੀ ਲੈ ਕੇ ਆਇਓ। ਅਤੇ ਉਸ ਬੇਟੀ ਦਾ ਜਿਹੜਾ ਸਾਹ ਦਾ ਜਿਹੜਾ ਨੁਕਸ ਸੀਗਾ ਉਹਨੂੰ ਘਰ ਦੇ ਲੈ ਗਏ, ਅਤੇ ਉਹਨਾਂ ਨੇ ਜਦੋਂ ਲੈ ਗਏ ਤੀਸਰੇ ਜਾਂ ਚੌਥੇ ਦਿਨ ਉਹਦੀ ਬੇਟੀ ਦੀ ਬਿਮਾਰ ਹੋ ਗਈ, ਪਿਛਲੇ ਹਫ਼ਤੇ ਦੀ ਗੱਲਾਂ ਹੈ। ਅਤੇ ਜਦੋਂ ਉਹ ਬੇਟੀ ਪੂਰੀ ਹੋ ਗਈ, ਉਹਨਾਂ ਨੇ ਸੰਸਕਾਰ ਕਰ ਦਿੱਤੇ, ਕੋਈ ਪੋਸਟਮਾਰਟਮ ਜਾਂ ਕੋਈ ਕਹਿੰਦੇ ਸੀ, ਕਿਉਂਕਿ ਇੱਕ ਉਹਨਾਂ ਦੇ ਮਾਂ ਬਾਪ ਦੇ ਹਿਸਾਬ ਨਾਲ ਇਹ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਸਾਡੀ ਬੇਟੀ ਸਫ਼ਰ ਕਰਦੀ ਆ, ਉਹਨੂੰ ਬਿਮਾਰੀ ਹੈਗੀ ਆ। ਅਤੇ ਉਹ ਬੇਟੀ ਦੀ ਡੈਥ ਹੋਣ ਤੋਂ ਬਾਅਦ ਚੌਥੇ ਦਿਨ ਜਾ ਕੇ ਕੁਝ ਇੱਕ ਜਿਹੜੇ ਸਿਆਸੀ ਲੋਕ ਆਪਣੇ ਆਪ ਨੂੰ ਸਮਝਦੇ ਨੇ, ਇੱਕ ਸਟੂਡੈਂਟ ਫੈਡਰੇਸ਼ਨ ਨਾਂ ਦੀ, ਸਿੱਖ ਸਟੂਡੈਂਟ ਫੈਡਰੇਸ਼ਨ ਨਾਂ ਦੀ ਔਰਗਨਾਈਜੇਸ਼ਨ ਹੈਗੀ ਆ, ਉਸ ਨੇ ਇਹ ਗੱਲ ਨੂੰ ਤੂਲ ਦਿੱਤਾ। ਉਸ ਦੇ ਨਾਲ ਹੋਰ ਲਖਸਦਾਣਾ ਅਤੇ ਜਾਂ ਹੋਰ ਆ ਗਏ ਨੇ। ਅਤੇ ਇਹ ਗੱਲ ਨੂੰ ਲੈ ਕੇ ਕੱਲ੍ਹ ਜਦੋਂ ਮੈਂ ਟੈਲੀਵਿਜ਼ਨ ਦੇਖਦਾ ਸੀ ਤਾਂ ਦੇਖਿਆ ਕਿ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਬਿਆਨ ਸੀ ਕਿ ਪੰਜਾਬ ਦਾ ਪੱਠਾ ਪੰਜਾਬ ਨੂੰ ਥੱਲਾ ਨਾਸਤਕਾਂ ਨੇ ਲਾ ਦਿੱਤਾ। ਅਤੇ ਜਦੋਂ ਮੈਂ ਦੇਖੀ ਕਿ ਮੈਨੂੰ ਖਿਆਲ ਆ ਕਿ ਨਾਸਤਕਾਂ, ਕਿਉਂਕਿ ਅਸੀਂ ਵੀ ਉਹਨਾਂ ਖਿਆਲਾਂ ਦੇ ਹਾਂ ਵੀ ਨਾਸਤਕਾਂ ਨੇ ਪੰਜਾਬ ਦਾ ਪੱਠਾ ਕਿਸ ਤਰ੍ਹਾਂ ਲਾਇਆ। ਹਰਪ੍ਰੀਤ ਸਿੰਘ ਜੀ ਸਭ ਤੋਂ ਵੱਡਾ ਪੰਜਾਬ ਦਾ ਨਾਸਤਕ ਸ਼ਹੀਦ ਆਜ਼ਮ ਭਗਤ ਸਿੰਘ ਸੀ, ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ ਦੇ ਵਿੱਚ ਘੋਲ ਕੀਤੇ। ਸਾਰੇ ਭਾਰਤ ਦਾ ਦੂਜੇ ਨੰਬਰ ਦਾ ਜਿਹੜਾ ਆਜ਼ਾਦੀ ਘੁਲਾਟੀਆ ਸੀ ਉਹ ਭਗਤ ਸਿੰਘ ਸੀ, ਉਹ ਨਾਸਤਕ ਸੀ। ਡਾਕਟਰ ਅੰਬੇਦਕਰ ਜੀ, ਪੈਰੀਆਲ ਜਾਂ ਦੁਨੀਆ ਦੇ ਬੜੀ ਬੜੀ ਹਸਤੀਆਂ ਇੰਗਲੈਂਡ ਦੇ ਵਿੱਚ ਉੱਥੇ ਵੀ, ਉਹ ਸਾਰੇ ਨਾਸਤਕ ਸੀ। ਦੁਨੀਆ ਦੇ ਵਿੱਚ ਜਿਹੜਾ ਆਸਟ੍ਰੇਲੀਆ, ਜਿੱਥੇ ਆਪਾਂ ਹੱਸ ਕੇ ਆਪਣੇ ਬੱਚੇ ਭੇਜਦੇ ਹਾਂ, ਕੈਨੇਡਾ ਭੇਜਦੇ ਹਾਂ, ਯੂਰਪ ਭੇਜਦੇ ਹਾਂ, ਇਹਨਾਂ ਮੁਲਕਾਂ ਦੇ ਵਿੱਚ ਬਹੁਤੀ ਜਿਹੜੀ ਮਜੋਰਿਟੀ ਇਸ ਵਕਤ ਨੋਨ ਰਿਲੀਜੀਅਸ, ਨੋਨ ਤਾਂ ਜਿਹੜੇ ਲੋਕ ਕਿਸੇ ਦਾ ਧਰਮ ਦੇ ਵਿੱਚ ਕੋਈ ਭਰੋਸਾ ਨਹੀਂ ਆ, ਉਹਨਾਂ ਦੀ ਇੱਥੇ ਮਜੋਰਿਟੀ ਆ ਇਹਨਾਂ ਮੁਲਕਾਂ 'ਚ। ਈਵਨ ਜਿਹੜੇ ਨਿਊਜ਼ੀਲੈਂਡ ਵਗੈਰਾ ਜਾਂ ਹੋਰ ਸਵੀਡਨ ਕਈ ਮੁਲਕ ਨੇ ਜਿੱਥੇ ਇੱਕ ਬਹੁਤ ਵੱਡੀ ਮਜੋਰਿਟੀ, ਉਹਨਾਂ ਦੇ 80% ਲੋਕ ਕਹਿੰਦੇ ਸਾਡਾ ਕੋਈ ਧਰਮ ਨਹੀਂ ਹੈਗਾ।
ये लोग नास्तिक ने ते तुसी नास्तिकां नूं हरप्रीत सिंह जी ब्लेम किया कि उन्होंने पंजाब दा थला लाता। हरप्रीत सिंह जी जिहड़ा पंजाब दा थला लाया वह थानू ये जवाब देना पौगा क्यों हरिमंदर साहब दे विच्चों 62 बंदे थानू अपने कर्मचारी कढ़ने पए बड़े बड़े अहुदेदार मैनेजर कढ़ने पए जिन्हां दे उत्ते वो हरिमंदर साहब दे विच्चों जिहड़ियां सुक्कियां रोटियां सी बहियां रोटियां हुंदियां सी चोकर सी छाण बुरा सी उस नूं वह बेचदे सी उस दे नाल मैनेजमेंट दे बड़े बड़े लोग रले सी। इह गल जग जाहिर आ ਇਹ ਨਾਸਤਕਾਂ ਨੇ ਨਹੀਂ ਕੀਤਾ ਹੈਗਾ ਉਹ ਤੁਹਾਨੂੰ ਆਪ ਬੰਦੇ ਕੱਢਣੇ ਪਏ ਨੇ ਹੁਣ ਕੇਸ ਚੱਲਦੇ ਪਏ ਨੇ ਇਸ ਟਾਈਮ। ਪਿਛਲੇ ਦੋ ਹਫ਼ਤਿਆਂ ਦੀ ਗੱਲ ਹੈ ਤਿੰਨ ਦੀ ਮੇਰਾ ਖਿਆਲ ਆ ਆਪਣੇ ਬਿਰਦ ਜੀ ਕਿ ਇੱਕ ਖਬਰ ਆਈ ਸੀ ਪੰਜਾਬ ਆਪਣੇ ਵੀਡੀਓ ਵੀ ਵੀਡੀਓ ਆਈ ਸੀਗੀ ਕਿ ਇੱਕ ਪਾਠੀ ਸਾਹਿਬ ਨੇ ਗ੍ਰੰਥੀ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਕਿ ਉਹ ਕੁਆਟਰ ਸੀ ਜਾਂ ਕੀ ਸੀ ਉਹਨਾਂ ਨੇ ਕਿਹਾ ਸੀ ਉਹਨੇ ਆਤਮ ਹੱਤਿਆ ਕਰ ਲਈ ਸੀ ਫਾਹਾ ਲੈ ਲਿਆ ਸੀ ਪੱਖੇ ਨਾਲ ਉਸਦੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ। ਉਸਨੇ ਲਿਖ ਕੇ ਦਿੱਤਾ ਸੀ ਕਿ ਮੈਂ ਜਿਹੜੀ ਮੈਨੇਜਮੈਂਟ ਕਮੇਟੀ ਹੈ ਇੱਥੇ ਦੀ ਉਸ ਤੋਂ ਤੰਗ ਹਾਂ। ਇਹ ਮਹਾਰਾਜ ਨਾਸਤਕਾਂ ਨੇ ਨਹੀਂ ਕੀਤਾ, ਇਹ ਰੋਜ਼ ਜਿਹੜੇ ਪੰਜਾਬ ਦੇ ਵਿੱਚ ਸੁਸਾਈਡ ਹੁੰਦੇ ਨੇ ਇਹ ਨਾਸਤਕਾਂ ਦੇ ਕਰਕੇ ਨਹੀਂ ਹੁੰਦੇ ਹੈਗੇ, ਇਹ ਜਿਹੜੀਆਂ ਪਿਛਲੇ 40 ਸਾਲ ਤੋਂ ਸਰਕਾਰਾਂ ਰਹੀਆਂ ਨੇ ਉਹ ਅਕਾਲੀ ਦਲ ਉਹ ਕਾਂਗਰਸ ਇਹ ਸਾਰੇ ਉਹਨਾਂ ਦੇ ਨੇ। ਅਕਾਲੀ ਦਲ 25 ਸਾਲ ਤਾਕਤ ਰਿਹਾ ਉਹਨਾਂ ਨੇ ਅੱਜ ਹਾਲਾਤ ਇਹ ਤੁਹਾਨੂੰ ਆਪ ਨੂੰ ਚੰਗੀ ਤਰ੍ਹਾਂ ਪਤਾ ਹਰਪ੍ਰੀਤ ਸਿੰਘ ਜੀ ਕਿ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਕਿੰਨੇ ਬੰਦੇ ਮਿਲੇ ਨੇ ਕਿਉਂ ਲੋਕਾਂ ਨੇ ਦਤਕਾਰਿਆ ਇਹ ਤੁਹਾਨੂੰ ਸੋਚਣਾ ਪਊਗਾ। ਉਸ ਦੇ ਵਿੱਚ ਨਾਸਤਕਾਂ ਦਾ ਹੱਥ ਨਹੀਂ ਕਿਸੇ ਦਾ, ਅਤੇ ਤੁਸੀਂ ਸੁੱਤੇ ਉੱਠ ਕੇ ਗੱਲ ਕਰ ਲੈਂਦੇ ਹੋ ਕਿ ਨਹੀਂ ਜੀ ਉਹਨਾਂ ਨੇ ਕਿਸ ਤਰ੍ਹਾਂ ਕਿਸ ਤੱਕ ਦੱਸੋ ਗੱਲ ਕਰ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਇਸ ਇਹਦੇ 'ਚ ਉਹਨਾਂ ਦਾ ਕਸੂਰ ਆ ਕੋਈ। ਇਹ ਸਾਰਾ ਕੁਛ ਉਹ ਅਕਾਲੀ ਦਲ ਕਹਿੰਦੇ ਨਾ ਆਪਣਾ, ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਨੂੰ ਪਤਾ ਕਿ ਪ੍ਰਬੰਧਕ ਕਮੇਟੀ ਦਾ ਜਿਹੜੇ ਅਹੁਦੇਦਾਰ ਸੀ ਜਥੇਦਾਰ ਸੀ ਜਿੱਥੇ ਤੁਸੀਂ ਰਹੇ ਹੋ ਉਹ ਅਕਾਲੀ ਦਲ ਲੀਡਰਾਂ ਦੀ ਜੇਬਾਂ ਦੇ ਵਿੱਚ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਸੀਗੇ। ਇਹ ਸਾਰੀ ਦੁਨੀਆਂ ਨੂੰ ਪਤਾ ਇਹ ਗੱਲਾਂ ਹੁੰਦੀਆਂ ਰਹੀਆਂ ਪੰਜਾਬ ਦੇ ਵਿੱਚ। ਇਹ ਕਿਸ ਪਾਸੇ ਤੁਸੀਂ ਸੋਚਦੇ ਹੋ ਕਿਸ ਤਰ੍ਹਾਂ ਆ, ਅਤੇ ਜਿਹੜੇ ਲੋਕ ਅੱਜ ਇਹ ਕਹਿੰਦੇ ਫਿਰਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਂ ਸੀ ਔਰ ਬੜੀ ਵਧੀਆ ਚੱਲਦੀ ਪਈ ਸੀ, ਇੱਕ ਬੱਚੀ ਦੀ ਜਿਹਦੀ ਮੌਤ ਹੋਈ ਆ ਬਹੁਤ ਹੀ ਅਫਸੋਸ ਹੈ, ਮਾੜੀ ਗੱਲ ਹੈਗੀ ਆ। ਬੱਚੇ ਕਿਸੇ ਬੱਚੇ ਦੀ ਵੀ ਮੌਤ ਨਹੀਂ ਕਿਸੇ ਦੀ ਹੋਣੀ ਚਾਹੀਦੀ ਅਸੀਂ ਕਹਿੰਦੇ ਹਾਂ, ਪਰ ਉਹਦੇ ਕੀ ਕਾਰਨ ਸੀ ਉਹ ਤਾਂ ਦੇਖ ਲਓ। ਹੁਣ SDM ਨੇ ਤੁਸੀਂ ਤਾਂ ਆਪਣੇ ਉਹ ਛੱਡੇ ਹੋਏ ਛੇੜੂ ਭੇਜ ਦਿੱਤੇ ਅਤੇ ਉਹ ਸੁਰਜੀਤ ਸਿੰਘ ਦੇ ਨਾਲ ਧੋਲ ਮੁਕਾ ਕੀਤਾ ਉਹਨਾਂ ਨੇ, ਉਹਦਾ ਰਿਜ਼ਲਟ ਸਾਹਮਣੇ ਆ ਜਾਣਗੇ। SDM ਨੇ ਆਪ ਆ ਕੇ ਕਿਹਾ ਕਿ ਇਹਦੀ ਇਨਕੁਆਇਰੀ ਕਰਾਂਗੇ ਤਾਂ ਜਾ ਕੇ ਪਤਾ ਲੱਗੂ ਕਿ ਉਹਨਾਂ ਨੂੰ ਪਤਾ ਕੀ ਗੱਲ ਕੀ ਆ। ਸੋ ਇਹ ਸਾਰਾ ਕੁਛ ਹੈਗਾ ਜਿਹੜਾ ਇੱਕ ਪੰਜਾਬ ਦੇ ਵਿੱਚ ਕਾਫੀ ਜਿਹੜਾ ਹੂ ਹੱਲਾ ਮਚਾਇਆ ਅਤੇ ਜਿਹੜੇ ਆਪਣੀਆਂ ਸਿਆਸੀ ਰੋਟੀਆਂ ਸਿੱਚਣਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਤੁਸੀਂ ਪੰਜਾਬ ਦਾ ਬਹੁਤ ਪਹਿਲਾਂ ਹੀ ਭੱਠਾ ਬਹੁਤ ਬੁਰੀ ਤਰ੍ਹਾਂ ਬਿਠਾਇਆ। ਆ ਬਾਹਰਲੇ ਮੁਲਕਾਂ ਦੇ ਵਿੱਚ ਆ ਅੱਜ ਦੀ ਸਟੇਟਮੈਂਟ ਆ ਪੰਨੂ ਸਾਹਿਬ ਦੀ ਕਿ ਪੰਜਾਬ ਵਾਲਿਓ ਦਿੱਲੀ ਜਾਓ ਖਾਲਿਸਤਾਨ ਦੀ ਮੰਗ ਕਰੋ, ਜਾ ਕੇ ਰੌਲਾ ਪਾਓ, ਤੁਹਾਡੇ ਲਈ £125,000 ਅਸੀਂ ਰੱਖਿਆ ਹੋਇਆ, ਅਸੀਂ ਉੱਥੇ ਜਾ ਕੇ ਜੇ ਤੁਸੀਂ ਲੜਾਈ ਕਰਦੇ ਉੱਥੇ ਰੌਲਾ ਪਾਉਂਦੇ ਫੜ ਵੀ ਹੋ ਗਏ ਨਾ ਤੁਹਾਨੂੰ ਅਸੀਂ ਅਸਾਇਲਮ ਦੁਆਵਾਂਗੇ ਆਸਟ੍ਰੇਲੀਆ 'ਚ, ਕੈਨੇਡਾ 'ਚ, ਅਮੈਰੀਕਾ 'ਚ, ਜਿਹੜਾ ਕਿ ਜਿਸ ਤੋਂ ਪਹਿਲਾਂ ਵੀ ਹੋ ਚੁੱਕਿਆ। ਮਤਲਬ ਕਿ ਇਹ ਸਾਰਾ ਕੁਛ ਕੀ ਆ ਆਮ ਸਾਨੂੰ ਸੋਚਣਾ ਪਊਗਾ। ਜੀ ਸਦਕੇ ਤੁਸੀਂ ਲੜੋ, ਆਪਣੇ ਹਰ ਇੱਕ ਇਨਸਾਨ ਨੂੰ ਬੋਲਣ ਦਾ ਹੱਕ ਹੈ, ਖਾਲਿਸਤਾਨੀਆਂ ਨੂੰ ਖਾਲਸਾ ਮੰਗਣ ਦਾ ਹੱਕ ਹੈਗਾ, ਉਹ ਮੰਗ ਕਰ ਸਕਦੇ ਨੇ, ਬਿਲਕੁਲ ਮੰਗ ਸਕਦੇ ਨੇ, ਜਾਇਜ਼ ਆ। ਅਤੇ ਪਰ ਜਦੋਂ ਇੱਕ ਉਹ ਲਿਮਿਟ ਹੈ ਉਸ ਨੂੰ ਲੈਣਾ ਕਿਸ ਤਰ੍ਹਾਂ, ਉਸ ਦੇ ਲਈ ਕੀ ਕੁਛ ਨਹੀਂ ਹੁੰਦਾ ਕਰਨਾ, ਇਹ ਸਾਰਾ ਕੁਛ ਅਲੱਗ ਜ਼ਰੀਏ ਨਾਲ ਦੇਖਿਆ ਜਾਂਦਾ, ਅਤੇ ਇਹਦੇ ਬਾਰੇ ਅਸੀਂ ਅੱਗੇ ਵੀ ਗੱਲ ਕਰਾਂਗੇ। ਤੁਸੀਂ ਕੁਛ ਇਸ ਦੇ ਬਾਰੇ ਗੱਲ ਕਰਨਾ ਚਾਹੋਗੇ ਸ਼ਰਨਜੀਤ ਬਾਰੇ? ਹਾਂਜੀ ਭਗਵਾਨ ਜੀ, ਪਹਿਲਾਂ ਤਾਂ ਇਹ ਵੀ ਸ਼ਰਨਜੀਤ ਕੌਰ, ਜਸ਼ਨਪ੍ਰੀਤ ਕੌਰ ਜਿਨ੍ਹਾਂ ਦੀ ਜਿਹੜੀ ਬੇਵਕਤੀ ਮੌਤ ਹੋਈ ਆ, ਉਹਨਾਂ ਦੀ ਫੈਮਿਲੀ ਦੇ ਨਾਲ ਮੈਂ ਪੂਰੀ ਤਰ੍ਹਾਂ ਹਮਦਰਦੀ, ਤਹਿ ਦਿਲੋਂ ਹਮਦਰਦੀ ਸ਼ੋਅ ਕਰਦਾ ਵੀ ਬਹੁਤ ਮਾੜਾ ਹੋਇਆ ਵੀ ਬੇਵਕਤੀ ਮੌਤ ਬੱਚੇ ਦੀ ਹੋ ਜਾਣੀ ਮਾਪਿਆਂ ਲਈ ਬਹੁਤ ਔਖਾ। ਅਤੇ ਦੂਸਰੀ ਗੱਲ ਭਗਵਾਨ ਜੀ ਮੈਂ ਇਹ ਕਰਨੀ ਚਾਹੁੰਦਾ ਵੀ ਸਾਨੂੰ ਜਿਹੜਾ ਜੋ ਰਿਐਲਿਟੀ ਆ ਉਹ 'ਤੇ ਬੇਸ ਹੋ ਕੇ ਹੀ ਜਿਹੜਾ ਨਿਰਣੇ ਲੈਣੇ ਚਾਹੀਦੇ ਆ, ਇਹਦੀ ਨਿਰਪੱਖ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ, ਅਤੇ ਜੋ ਜਾਂਚ ਦੇ ਸਿੱਟੇ ਹੋਣ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ। ਸਾਨੂੰ ਇਹ 'ਤੇ ਪੋਲੀਟਿਕਸ ਕਰਕੇ ਆਪਣੀਆਂ ਪੋਲੀਟੀਕਲ ਰੋਟੀਆਂ ਨਹੀਂ ਸਿੱਕਣੀਆਂ ਚਾਹੀਦੀਆਂ, ਚਾਹੇ ਉਹ ਕੋਈ ਧਿਰ ਵੀ ਹੋਵੇ, ਜਿਹੜਾ ਜੋ ਰਿਐਲਿਟੀ ਆ ਉਹ ਬੇਸਡ ਜਿਹੜੀ ਗੱਲ ਹੈਗੀ ਆ ਉਹ ਹੋਣੀ ਚਾਹੀਦੀ ਆ। ਮੈਂ ਤਾਂ ਇਹੀ ਕਹਿੰਦਾ
किस वह जो बच्चों का थोड़ी मौ बेवकती मौत होंगी आ तो मापिया वह बहुत दुख हों उस परिवार को उन्होंने सकी सके संबंधियों को बहुत दुख हों। तो मैं तो यही कहना भी साड़ी उस परिवार ना जी तह दिलों हमदर्दी आ सानू पोलीटिकल तौर पर रोटियां सेकन की बजाय जो रियलिटी आते बेस गल करनी चाहिए आ। दोस्तों गल आ कि पिछले कुछ एक 40 साल भगत सिंह शहीद आजम भगत सिंह उन्हों का नाम पंजाब दे विच मोहरे आया। तो उस शहीद आजम भगत सिंह जिसने किताब भी किताब चा लिखा मैं नास्तक क्यों, उसकी तकलीफ बहुत सारे लोगों नूं है पर उन्होंने यह नहीं पता लगा भी कि यह असल च कारण भगत सिंह कौन सी कहते उन्हें लिखी सी की कारण सी। ते अज ओ जदों आप पार्टी ने भी उसनू अडप्ट कर लिया सी आप पार्टी दे नाल सहमत या सहमत है ये अलग चीज़ है भी ओ उन्होंने डॉक्टर अंबेडकर जी तो भगत सिंह नू अपना फोटोआं उन्हां दीआं तस्वीरां अपने ऑफिस में लाइया। इस करके कई तकलीफ है जिहड़े सियासी रोटियां सेकदे ने कि भगत सिंह क्यों लोगों के बीच आ रहा, क्योंकि जे भगत सिंह स्टेज पर आउंदा भगत सिंह की सोच लोगों के बीच आउंदी आ तो उन्हां दी सियासी मौत होने के चांस हैगे ने, वो लोगों नू इस गल तों डर है ता करके लोग इस पासे नू तकलीफ पाउंदे ने। वांसी गल ये नहीं है कौन आस्तक है कौन नास्तक है, गल ये आ वी कौन बंदा वधिया आ कौन लोगों लई काम करदा। मैं तो ये संबंध च यही कह सकदा मैं भगवान जी बहुत सारे उन्हां लोगों नू जानदा जो एक तरह उन्हां दा विश्वास नास्तकता विच आ पर उहदे बावजूद भी उन्होंने अपने बॉडी के सारे अंगदान मनुखता की भलाई लिए दान किए। तुसी मैनू ये दसो भी इस तो वड्डा मनुखता की भलाई की हो सकती है भी एक मनुख वो नास्तक होने के बावजूद अपनी मौत तो बाद अपने सारे शरीर के अंगा का दान करता। एक नहीं मैं सैकड़िया उन्होंने लोगों को जानता जिन्ह का मनुखता भरोसा आ जिन्ह का इंसाना भरोसा आ जिन्ह का जिंदगी भरोसा जे कहा जाए तो दर्शकों उन्होंने नाम ही दिते बहुत सारे लोग आ करके मनुखता च भरोसा करते इंसानियत भरोसा करते। मैं हूँ एक गल ये थोड़ी गल टोकदा कि मैं भगवंत सिंह शायद थोड़े जो नाम पता होगा 1980 इंग्लैंड जो टैसट पास करते ना इतने 1980 के पहला उदों थानू एक किडनी डोनर का कार्ड देंदे जो पास होंगे थोड़ा ड्राइविंग लाइसेंस होंदा सी उहदे नाल थानू किडनी डोनर का अजकल तो ऑर्गन डोनर का है ना वो तो सिर्फ किडनी डोनर के लिए पास अपने कार्ड मिलता सीगा। तो 1980 का मैं वो अज भी मेरे को वह कार्ड नाल लैके फिरदे आ कि मैं सारे अंग मेरी मौत तो बाद जिहड़े किसे नूं लोड़वंद नूं देते जा सकते हैं देने चाहिए ने। ये 1980 तो मैं अपने कार्ड थोड़े नाल बैठा मैं जेब पाया और मैं बहुत सारे अपने यारां दोस्तां जानदा जिहड़े मेरे ख्याल साढ़े ख्याल उन्होंने ये कार्ड अपनी जेब च असी अपने जथेबंदियों वालों भी ये कहने हैं कि तुम उन्होंने लैके रखो ये वो बहुते उन्होंने ये काम उ करेगा बंदा जिसका कोई ख्याल है पक्का जी सोच है कोई जिहड़ा बंदा डरदा कि मैं अगे जा के गल होर पास नूं जांदी है बिरदी जी पर मैं इत्थे खत्म करांगा कि जिहड़े लोग ये सोचते कि गांह जाके मैं मेरा जे मैं हार्ट इत्थे देता मैं अपनी किडनी देती मैं उत्ते जाके की करूँगा बस उन्हां दी सोच इत्थे अटकी तां करके डरदे होए वह ये भी नहीं देंदे कि जिहड़े कि घर दे फिर जाल देंदे ने दब देंदे ने वो खराब जांदे ने अदरवाइज़ वो किसी जिंदगी बचा सकते हैं। ये वो लोग ही कर सकते हैं जिनकी कोई सोच जिनकी सोच भगत सिंह वाली आ। हाँ जी भगवान जी तुम बिल्कुल पहलों गल नूं टच किया सीगा डॉक्टर अंबेडकर जां भगत सिंह नूं अज जिहड़ी आम आदमी पार्टी आ वो उन्हां नूं अपने मॉडल मानदी आ उन्हां नूं उन्हां ने अपने दफ्तरां च रख्या और ये जे मैं ये गल पूरे ठरमे नाल कह सकदा भगत सिंह ने जदा किताबचा लिखा सी मैं नास्तक क्यों हाँ डॉक्टर अंबेडकर खुद भी बुद्धिस्ट बनिया सी तुहानू दर्शको तुहाडे ज्ञान लई मैं इन्नी गल कहनी चाहुंदा भी दुनिया के तीन वड्डे धर्मां चों बुद्ध धर्म है एक आ जिहड़ा जापान चाइना होर मलेशिया होर बहुत सारे मुल्कां विच जिहड़ा है वह फैलिया आ उहदी वजह आ वे इंडिया चों काहते नहीं कामयाब होया क्यों वह बाहर जाना पिया एक होर डिबेटेबल मसला आ। मेरे कहने का भाव यह आ भी एक वड्डा धर्म जिहड़ा जिहड़ा अविश्वास करता रब दे विच वह भी पर लोगों की जिनी भलाई जां शांति दे जिन्ने मिशन उहने कीते आ
ਉਹ ਸੈਕਿੰਡ ਟੂ ਨਨ ਆ। ਮੈਂ ਪਹਿਲਾਂ ਜਿੱਦਾਂ ਕਿਹਾ ਸੀ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕੌਣ ਆਸਤਕ ਹੈ ਕੌਣ ਨਾਸਤਕ ਹੈ, ਕੌਣ ਚੰਗਾ ਕੌਣ ਮਾੜਾ, ਕੌਣ ਲੋਕਾਂ ਨਾਲ ਖੜਦਾ ਕੌਣ ਲੋਕਾਂ ਨਾਲ ਨਹੀਂ ਖੜਦਾ, ਇਹ ਗੱਲ ਹੋਣੀ ਚਾਹੀਦੀ ਹੈ। ਤੇ ਇਹਦੇ ਮੈਂ ਹੋਰ ਥੋੜਾ ਜਿਹਾ ਵਾਅਦਾ ਕਰਦਿਆਂ ਗੱਲ 'ਚ, ਦੁਨੀਆ ਦਾ ਨੋਨ ਮਿਲੇਨੀਅਮ ਦਾ ਫਿਲਾਸਫਰ ਕਾਰਲ ਮਾਰਕਸ, ਜਿਹਨੇ ਮਜ਼ਦੂਰ ਜਮਾਤ ਨੂੰ ਜਿਹਦੀ ਬਹੁਤ ਵੱਡੀ ਦੇਣ ਆ, ਜੋ ਅੱਜ ਮਜ਼ਦੂਰ ਜਮਾਤ ਇੰਜੋਏ ਕਰਦੀ ਆ, ਉਹਦੀ ਬਦੌਲਤ ਅੱਜ ਜਿੰਨੇ ਹੱਕ ਮਿਲੇ ਆ, ਉਹਦੀਆਂ ਜਿਹੜੀਆਂ ਕਈਆਂ ਗੱਲਾਂ 'ਤੇ ਜਿਹੜੇ ਲੋਕ ਪਹਿਰਾ ਦਿੰਦੇ, ਅੱਜ ਵੀ ਮਜ਼ਦੂਰ ਜਮਾਤ ਦੇ ਜਿਹੜੇ ਰਹਿਨੁਮਾ ਆ, ਚਾਹੇ ਉਹ ਇੰਗਲੈਂਡ 'ਚ ਆ, ਚਾਹੇ ਉਹ ਇੰਡੀਆ 'ਚ ਆ, ਚਾਹੇ ਉਹ ਅਮੈਰੀਕਾ 'ਚ ਆ, ਚਾਹੇ ਉਹ ਕਿਸੇ ਵੀ ਕੋਰਨਰ 'ਚ ਆ, ਜਿਹੜੇ ਕਿ ਵਰਕਿੰਗ ਕਲਾਸ ਜਾਂ ਮਜ਼ਦੂਰ ਜਾਂ ਮਿਹਨਤ ਕਸ਼ ਲੋਕਾਂ ਦੇ ਲਈ ਮੋਹਰੇ ਅੱਗੇ ਹੋਏ ਕਰਦੇ ਆ, ਉਹਨਾਂ ਬਹੁਤ ਵੱਡੇ ਹਿੱਸੇ ਦਾ, ਮੈਂ ਸਾਰਿਆਂ ਦਾ ਤਾਂ ਨਹੀਂ ਕਹਿ ਸਕਦਾ, ਬਹੁਤ ਵੱਡੇ ਹਿੱਸੇ ਦਾ ਇੱਕ ਫਿਲੋਸਫੀ 'ਚ ਯਕੀਨ ਆ। ਉਹ ਫਿਲੋਸਫੀ ਆ ਮਾਨਵਤਾਵਾਦ। ਉਹਨਾਂ ਦਾ ਰੱਬ 'ਚੋਂ ਹੋ ਸਕਦਾ ਨਾ ਭਰੋਸਾ ਹੋਵੇ, ਪਰ ਉਹ ਮਾਨਵਤਾ ਨੂੰ ਜਿੱਦਾਂ ਪਹਿਲਾਂ ਕਿਹਾ ਉਹ ਪਿਆਰ ਕਰਦੇ ਆ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਬਹੁਤ ਲੋਕ ਇੱਦਾਂ ਦੇ ਆ, ਉਹ ਭਾਵੇਂ ਉਹ ਨਾਸਤਕ ਵੀ ਹੋਣ ਪਰ ਆਪਣੀ ਜ਼ਿੰਦਗੀ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਕਰਨ ਲਈ ਉਹ ਜਿਹੜੇ ਉਹਨਾਂ ਨੇ ਆਪਣੇ ਅੰਗ ਦਾਨ ਕੀਤੇ ਵਾ। ਇਹ ਦੋਸਤੋ, ਜਦੋਂ ਤੁਸੀਂ ਹੱਕ ਮੰਗਣ ਦੀ ਗੱਲ ਕਰਦੇ ਹੋ ਕਿਤੇ ਵੀ, ਤਾਂ ਤੁਹਾਡੇ 'ਤੇ ਇਸ ਤਰ੍ਹਾਂ ਦਾ ਜਿਹੜਾ ਇਲਜ਼ਾਮ ਆ ਉਹ ਲੋਕ ਲਾ ਦਿੰਦੇ ਨੇ। ਇਹ ਇੱਕ ਜਿੱਥੇ ਤੇ ਯੂਨੀਅਨਿਸਟ ਨੇ ਜਿਹੜੇ ਇੰਗਲੈਂਡ ਦੇ ਵਿੱਚ, ਜਿਹੜੇ ਅੱਜ ਤੁਹਾਡੇ ਹੱਕ ਨੇ, ਇੰਡੀਆ ਦੇ 8 ਘੰਟੇ ਦੀ ਜਿਹੜੀ ਡਿਊਟੀ ਦੇ ਹੱਕ ਨੇ, ਇੱਥੇ ਦੇ 8 ਘੰਟੇ ਡਿਊਟੀ ਹੱਕ ਨੇ, ਇਹ ਸਾਰੇ ਯੂਨੀਅਨਿਸਟਾਂ ਨੇ ਲੈ ਕੇ ਦਿੱਤੇ ਨੇ। ਯੂਨੀਅਨਿਸਟਾਂ ਨੂੰ ਕਦੇ ਜਾ ਕੇ ਮਿਲੋ, ਉਹਨਾਂ ਦੇ ਵਿਚਾਰ ਸੁਣੋ, ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਆ। ਅਤੇ ਜਦੋਂ ਅਸੀਂ ਨਹੀਂ ਪੁੱਛਦੇ ਤਾਂ ਸਾਡਾ ਫਿਰ ਪੰਜਾਬ ਦਾ ਜਿਸ ਤਰ੍ਹਾਂ ਦਾ ਹਾਲ ਅਸੀਂ ਕਰ ਲਿਆ, ਸਾਡੇ ਨੌਜਵਾਨ ਬੱਚੇ ਉਹਨਾਂ ਲਈ ਕੋਈ ਕੰਮ ਨਹੀਂ, ਉਹਨਾਂ ਨੂੰ ਜਿਹੜਾ ਦਮ ਘੋਟੂ ਮਾਹੌਲ ਉੱਥੇ ਪੈਦਾ ਕੀਤਾ ਜਾ ਰਿਹਾ, ਉਹਦੇ 'ਚ ਰਹਿ ਕੇ ਉਹ ਰਹਿਣਾ ਨਹੀਂ ਚਾਹੁੰਦੇ, ਉਹ ਬਾਹਰ ਨੂੰ ਉੱਡਦੇ ਨੇ ਕੰਮਾਂ ਲਈ, ਆਪਣੀ ਚੰਗੀ ਜ਼ਿੰਦਗੀ ਲਈ। ਅਤੇ ਇਹਦੇ ਵਿੱਚ ਸਾਡੇ ਲਈ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਦਾ ਪੱਠਾ ਬਿਠਾਇਆ, ਕਿਹਨੇ ਬਿਠਾਇਆ, ਉਹਨਾਂ ਨੂੰ ਇਹ ਸੋਚਣਾ ਪਊਗਾ। ਮੈਂ ਇੱਥੇ ਗੱਲ ਨੂੰ ਇਸ ਨੂੰ ਬੰਦ ਕਰਦਾ। ਜਿਹੜਾ ਅੱਜ ਦਾ ਪ੍ਰੋਗਰਾਮ ਹੈ ਦੋਸਤੋ, ਇਹ ਲਾਈਵ ਹੈ, ਤੁਸੀਂ ਇਸ ਦੇ ਵਿੱਚ ਭਗਦੇ ਮਸਲੇ ਵਿੱਚ ਹਿੱਸਾ ਲੈ ਸਕਦੇ ਹੋ। ਇਸ ਗੱਲ ਦੇ ਉੱਤੇ ਲਿਖਦੇ ਹੋ ਕਿ ਉਹ ਬੱਚੀ ਦੀ ਮੌਤ ਹੋਈ ਆ, ਅਤੇ ਕੀ ਸਾਡਾ ਉਹ ਜਿਹੜੇ ਲੋਕ ਰੋਟੀਆਂ ਸਿੱਖਦੇ ਉਹ ਜਾਇਜ਼ ਨੇ, ਕਿ ਉਹਨਾਂ ਦੀਆਂ ਗੱਲਾਂ ਕਹਿਣੀਆਂ ਸੁੱਖ ਇਹ ਠੀਕ ਨੇ। ਅਤੇ ਦੂਜਾ ਇਹ ਆ, ਅਸੀਂ ਇਹ ਚਾਹਵਾਂਗੇ ਕਿ ਜੋ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਕਹਿ ਲਓ ਜੋ ਕੁਛ ਉਹਨੂੰ ਅੱਜ ਕੱਲ੍ਹ ਹੋ ਰਿਹਾ, ਉਸ ਦੇ ਬਾਰੇ ਗੱਲ ਕਰਨੀ ਚਾਹਵਾਂਗੇ ਕਿ ਜਦੋਂ G20 ਹੋ ਕੇ ਹਟੀ ਆ, ਉਹਦੇ ਵਿੱਚ ਮੋਦੀ ਨੇ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਕਿ ਪੂਰੇ ਨਹੀਂ ਬਣੇ ਹੁਣ ਬਾਹਰੋਂ, ਕਿਉਂਕਿ ਉਦੋਂ ਤਾਂ 2-3 ਦਿਨ ਲੋਕਾਂ ਨੂੰ ਜੈ ਜੈਕਾਰ ਹੁੰਦੀ ਰਹੀ ਆ, ਹੁਣ ਮਗਰੋਂ ਗੱਲਾਂ ਆਉਂਦੀਆਂ ਕਿ ਬਾਈਡਨ ਨੇ ਵੀਅਤਨਾਮ ਜਾ ਕੇ ਕੀ ਬਿਆਨ ਦਿੱਤੇ ਆ, ਅਤੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਨੇ, ਜਸਟਿਨ ਟਰੂਡੋ, ਉਹਨਾਂ ਨੇ ਕੀ ਬਿਆਨ ਦਿੱਤੇ ਨੇ, ਇਹ ਗੱਲਾਂ ਹੁਣ ਸਾਹਮਣੇ ਆਉਂਦੀਆਂ। ਜਸਟਿਨ ਟਰੂਡੋ ਨੇ ਉੱਥੇ ਕੈਨੇਡਾ ਦੇ ਜਿਹੜੇ ਪ੍ਰਾਈਮ ਹੈਗੇ ਨੇ, ਉਹਨਾਂ ਨੇ ਕੀਤਾ ਸੀ ਗੱਲ ਕਿ ਭਾਈ ਸਾਡੇ ਨਾਲ ਤੁਸੀਂ ਗੱਲ ਕਰੋ, ਕਿ ਸਾਡੇ ਉਹਨੇ ਮੋਦੀ ਨੇ ਕਿਹਾ ਵੀ ਉੱਥੇ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਆ, ਉੱਥੇ ਇਹ ਕਰਦੇ ਆ, ਉਹਨਾਂ ਨੂੰ ਕੰਟਰੋਲ ਕਰੋ। ਅਤੇ ਟਰੂਡੋ ਨੇ ਉਹਨੂੰ ਬਹੁਤ ਵਧੀਆ ਜਵਾਬ ਦਿੱਤਾ ਸੀ, ਬਈ ਸਾਡੇ ਮੁਲਕਾਂ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਜਿਉਣ ਦਾ ਹੱਕ ਹੈ, ਆਪਣੀ ਗੱਲ ਰੱਖਣ ਦਾ ਹੱਕ ਹੈ, ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਔਰ ਇੱਕ ਬਹੁਤ ਹੀ ਵਧੀਆ ਗੱਲ ਹੈਗੀ ਆ ਜਿਹੜੀ ਅਸੀਂ ਉਹਦੀ ਅਹਿਮੀਅਤ ਕਰ। ਅਤੇ ਜਦੋਂ ਇਹ ਗੱਲ ਨੂੰ ਸਾਹਮਣੇ ਲਿਆਉਂਦੇ ਹਾਂ ਆਪਾਂ, ਕਿ ਜਦੋਂ ਅਸੀਂ ਕਿਤੇ ਵੀ ਕੋਈ ਵੀ ਗੱਲ ਕਰਦੇ ਹਾਂ, ਸਾਡੇ ਆਪਣੇ ਵਿਚਾਰ ਹੋਣੇ ਚਾਹੀਦੇ, ਅਸੀਂ ਕਿਸੇ 'ਤੇ ਵਿਚਾਰ ਆਪਣੇ ਥੋਪਣੇ ਨਹੀਂ ਚਾਹੀਦੇ, ਜ਼ਬਰਦਸਤੀ ਕਿਸੇ 'ਤੇ ਵਿਚਾਰ ਲਾਉਣੇ ਨਹੀਂ ਚਾਹੀਦੇ, ਜਾਂ ਵਿਰੋਧੀ ਧਿਰ ਨੂੰ ਮਾਰਨਾ ਕੁੱਟਣਾ ਉਹਨੂੰ, ਇਹ ਗਲਤ ਹੈ। ਕਿਉਂਕਿ ਟਰੂਡੋ ਇਹ ਕਹਿੰਦਾ ਕਿ ਜਿਹੜਾ ਉੱਥੇ ਨਿੱਜਰ ਹਰਜੀਤ ਸਿੰਘ, ਕੀ ਉਹਨਾਂ ਦਾ ਨਾਂ ਪੂਰਾ ਨਾਂ, ਹਰਦੀਪ ਸਿੰਘ ਨਿੱਜਰ, ਜਿਹੜੇ ਉਹਨੂੰ ਮਾਰ ਦਿੱਤਾ ਗਿਆ, ਇੱਕ ਬਹੁਤ ਗਲਤ ਗੱਲ ਹੈ। ਕਿਸੇ ਬੰਦੇ ਨੂੰ ਉਸ ਦੇ ਵਿਚਾਰਾਂ ਕਰਕੇ ਨਹੀਂ ਮਾਰਨਾ ਚਾਹੀਦਾ। ਉਹ ਉੱਥੇ ਅਸਾਇਲਮ ਸੀਕਰ ਸੀ, ਉਹਨਾਂ ਨੇ ਅਸਾਇਲਮ ਲਾਇਆ ਸੀ ਕੈਨੇਡਾ ਦੇ ਵਿੱਚ, ਅਤੇ ਕਿਸੇ ਮੁਲਕ ਦੇ ਵਿੱਚ ਜਾ ਕੇ ਕਿ ਸ਼ਰਨਾਰਥੀਆਂ ਨੂੰ ਮਾਰਨਾ ਗਲਤ ਆ, ਅਸੀਂ ਇੱਥੇ ਸ਼ਰਨਾਰਥੀਆਂ ਦੇ, ਅਸਾਇਲਮ ਸੀਕਰਾਂ ਦੇ ਲਈ, ਹੱਕਾਂ ਦੇ ਲਈ ਲੜਦੇ ਹਾਂ। ਪਰ ਦੂਸਰੀ ਪਾਸੇ ਇਹ ਵੀ ਆ ਕਿ ਜਿਹੜੇ ਉਹ ਅਸਾਇਲਮ ਸੀਕਰ ਨੇ ਜਾਂ ਸ਼ਰਨਾਰਥੀ ਨੇ, ਅਤੇ ਜਾਂ ਜਿਹੜੇ ਲੋਕ ਮੰਗ ਕਰਦੇ ਨੇ ਕਿਸੇ ਕਿਸਮ ਦੀ ਖਾਲਿਸਤਾਨ ਦੀ ਜਾਂ ਹੋਰ, ਉਹਨਾਂ ਦਾ ਵੀ ਹੈ ਬਣਦਾ, ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਕਿਸੇ ਨੂੰ ਉਹ ਜ਼ਬਰਦਸਤੀ ਇਸ ਤਰ੍ਹਾਂ ਆਪਣੇ ਖਾਲਿਸਤਾਨ ਦੀ ਫਿਲੋਸਫੀ ਨਾ ਸਮਝਾਉਣ, ਨਾ ਚੜ੍ਹਾਉਣ। ਜਿੱਦਾਂ ਕਿ 84 ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਕਤਲੋਗਾਰਦ ਹੋਈ ਆ, ਮਾੜੀ ਗੱਲ ਹੋਈ ਆ, ਉਹਨਾਂ ਦੇ ਬੰਦੇ ਮਾਰੇ ਗਏ, ਹਿੰਦੂ ਮਾਰੇ ਗਏ, ਖੱਬੇ ਪੱਖੀ ਦੇ ਕਾਮਣ ਮਾਰੇ ਗਏ, ਪੁਲੀਸਮੈਨ ਮਾਰੇ ਗਏ, ਨੌਜਵਾਨ ਬੱਸਾਂ 'ਚੋਂ ਲਾਹ ਕੇ ਮਾਰੇ ਗਏ, ਉਹ ਬਹੁਤ ਇੱਕ ਟ੍ਰੈਜਿਕ ਸੀ, ਪਾਸ ਹੋ ਗਿਆ, ਅਤੇ ਸਾਨੂੰ ਉਸ ਤੋਂ ਲਰਨ ਕਰਨਾ ਪਊਗਾ, ਸਿੱਖਣਾ ਪਊਗਾ। ਅਤੇ ਅੱਜ ਜੋ ਉੱਥੇ ਜਾ ਕੇ ਵੀ ਜੇ ਟਰੂਡੋ ਦੇ
कहने के मुताबिक भी भारत सरकार ने वह कतल करवाया तो यह एक गलत है। जे वो ट्रूडो कहता कि यू सू किस पासों देखना चाहिए तो इस गल के बारे भी गल कर सकते हो कि जदों असं बहरले मुल्कों बहने हैं इतने रोटी रोजी रोटी ले आए हैं तो इस कोई शक नहीं है साडा पिछे ना हमेशा असं जुड़े रहने हैं सानू अपने कारोबार उत्ते सारा उन्हों का फिक्र है सानू पंजाब का फिक्र है पर वो पंजाब का फिक्र असं किस तरह दूर करना किस तरह उन्होंने अगे लिया ये बारे अपने अपने विचार हो सकते हैं। हाँ जी भगवान जी तुम इस गल टच किया असं ये मान के चलते हाँ साडा विश्वास ये कि हर एक बंदे अपने जोड़े हक विचार आ रखण का हक आ पर जदों वो विचार तुम ताकत न चाहे ताकत न ठोस दें लोगों से जबरदस्ती ठोक दें वह फाशिज़म है असी फाशिज़म के विरोधी हाँ चाहे ये जेड़े ताकत की वरतों सरकारी धरन हो चाहे ताकत की वरतों वो लोग जो अपने सो कार्ड अपनी मंगा रख के लोगों चाहे खालिस्तान की होवे जां कोई होर भी हिंदू स्टेट बनाउण की भी होवे जां कोई होर भी जिहड़े धक्के दे नाल लोगों नूं कतल करना जां उन्हां ते जबर करना असी जिहड़ा जबर दे खिलाफ हाँ जानू विचार वटांदरे तो कदी नहीं भजना चाहीदा। गुरु नानक देव जी अपनी जिंदगी का बहुत वड्डा हिस्सा विचार वटांदरे दे नाल लोगों नाल बहस मवासे विच उन्होंने लोगों नूं कन्विंस किया कन्विंसिंग होनी चाहिए आ लोगों अपनी राय नाल तुहानूं दलीलां नाल कायल करना चाहिए। कोई धैरवी जदों ताकत की वरतों करके दूजियां दा कतल करदी आ असीं उहदे विरोधी हाँ चाहे वह धिर कोई भी होवे चाहे वह धार्मिक धिर होवे सरकारी धिर होवे जां कोई होर समाजिक जथेबंदियां होण जिहड़ियां अपने धक्के चीज़ा बनाउणियां चाहुंदियां होण। जो कोई किसी ते जुल्म करदा बाबर तो लैके औरंगजेब तक सिखां दे उत्ते पंजाब दे विच बहुत जुल्म किए गए एक निंदणयोग बहुत निंदणयोग गल हैगी है इतिहास के उन्हां दा नाम भैड़े बंदियां विच आउंदा ते जदों असी कोई इस तरह का करांगे कर्म तो साडा नाम भी आउंदे इतिहास के अज नहीं महसूस हुंदा साडा नाम कित्थे लिखा जाऊगा जिहड़े लोग जबरदस्ती करते हैं किसी मारते हैं कुटते हैं उन्होंने नाम कि पन्नियाँ आऊगा यह सानू सोचना चाहूगा ना। गुरु नानक देव जी उन्होंने बहुत कुछ कहीए कुछ सुनीए दलील दी जाए क्रोध ना की जाए इस तरह दिड्डिया फिलोसफिक गल् उन्होंने कि महान गल् उन्होंने कीतियाँ भी तो विचार बट आप मनुख हाँ असी जानवर नहीं भी लड़के खो के खाना एक दूजे तो नहीं बह के इस तरीके मनुख हाँ चंगी तरह कर सकते हैं। हाँ जी कांशी टीवी ते जी आयानु जी। हाँ जी सत श्रीकाल जी मेरा नाम अफसल खान। सत श्रीकाल जी महाराज मैं मेरा नाम अफसल खान है मैं कैंट तो बोल रहा। हाँ जी जी आयानु अफसल खान जी आज जो वाकया वाकया बड़ा अफसोसनाक है ते मैं शक पाया गया सी कि जिस वक्त नहीं सुनक ने उसे जाके स्टेटमेंट दी है इंडिया विचों सुनिया भी होना सारा। हाँ जी हाँ जी उस मैं सब चल लगे जी गल है ये वधन वाली है यह जी स्टेटमेंट देनी ही नहीं चाहिए क्योंकि कोई यह जो वाक्य नहीं होया जिस लफ्ज इस्तेमाल किया जाए एक्सट्रीमिज्म। हाँ जी हाँ जी जी कल हो सकता है कोई टेररिस्ट का वर्ड भी यूज कर सक। हाँ जी असल हो सकता है ए, हाँ जी अफजल जी गल है भी जी सरकार ने चाहे भारत की है तो इंग्लैंड की है जो कनेडा की अमेरिका की ये लोग जान बुझ के इस तरह अपने मुल्कों में करवाते हैं सारी दुनिया को पता है अमेरिका किस तरह सारी दुनिया को पता किस तरह अमेरिका ने अफगानिस्तान को पाकिस्तान को तबाह करने उन्होंने कहते उन्होंने अपने बंदे भेजे ट्रेन किए बंदे भेजते हैं उन्होंने मुल्कों में दहशतगर्दी फैली रहे तो इन्होंने मुरे वो झुलके जाए ऐसे तरह हम बिल्कुल वो जो कुछ है सामने है ये जान के लोग पहले उन्होंने फीड करते हैं उस तो मगरों लेंगे ने पर असी यह गल सू लोगों भी तुम भाई सियाने बनो तुम कहते हथ ठोके ना बनो कहते हथ ना चढ़ो तुम इंसान बनो इंसानियत की गल करो तो असं ये नहीं चाहते कि किसी बंद असी यह गल बिल्कुल विरोध है कि इतों चक के किसी बंद इंडिया गोरमेंट को भेजा हो इंडिया गोरमेंट इतने को भेजे असी यह गल हर एक बंद के अपने विचार ने वो खड़ने का हक है। थोड़ा बहुत धन्यवाद पूरी नहीं की। हाँ जी करो। हाँ जरूर सॉरी रेफरेंडम हो रहा खालिस्तान का। हाँ जी बड़ा पीसफुल हो रहा वै। हाँ जी जिसे जिसे भी हो रहा वै लाइना लगी हुई झंडे हैं झंडे दिखाने झंडे दिखाने कोई नुकसान नहीं है ना किसी जगह कोई कोई मुसीबत हुई है या कोई मारा मारी हुई है
रेफरेंडम हो रहा है, रेफरेंडम मीन इलेक्शन हो रही है, लोगों को पूछा रहा जिन्होंने हाँ करना वो हाँ कर, जिन्होंने ना करना वो ना कर। लेकिन एक्सट्रीम वर्ड यूज करना ये अग लाड़ा की गल है। वही बंदे जड़े आजादी मंगते से अज तो 50 साल पहला इन्होंने फ्रीडम फाइटर किया जाता सी, अज वो भी लफ्ज लफ्ज यूज किया जा रहा है। अफजल खान मेहरबानी थोड़ी वीर जी, थैंक यू धन्यवाद। हाँ दोस्तों असं एक कहते हैं कि कोई भी बंदा अपने सियासी ख्याल रखता उन्होंने लोगों के भी प्रचार साधा अनलैस वो बंदा वायलेंस ना बरते अहिंसा ना बरते दूसरे को मारने लिए। जिस तरह के हुण तुसीं देखदे हो अफगानिस्तान दे विच किस तरह अपने जिहड़ी वो उत्थे दी तलवानी जिहड़ी गवर्नमेंट्स ने वो पहला किस तरह हत्थे चिड़े रहे अमेरिका के पहला शुरू 1978 लैके उन्होंने की उत्थे गोरमेंटा अमेरिका ने अल्टाइया उत्थे तबाही मचाई किस तरह उत्थे मुड़ के फिर इन्होंने अपने बंदे पैदा किए तो आज वो पिछले 20 साल जिहड़े हुण लंघ के गए ने किस तरह उत्थे सरकारां उलटाउण नूं जां उत्थे जिहड़ा तलवान उन्होंने बधाउण लई बधाया यह है। असी मेरे खुद जिहड़े हैगे ने असी यह कहिंदे आ कि जिहड़ा अज दे जमाने 2023 दे विच जिहड़ियां सरकारां ने वो एक पक्षी नहीं होनी चाहिए, बहु पक्षी होनी चाहिए, हर इंसान की कदर होनी चाहिए है। कोई भी जिहड़ियां सरकारां जिस तरह दी हुण तालिबान अपने उत्थे हैगा अफगानिस्तान दे विच तुसीं देखदे हो कि बच्चियां नूं पढ़न हटाया, कुड़ियां नूं पढ़ने का हक नहीं, जिहड़ा उत्थे संगीत है वह सारे तोड़ के छड़ दिते, उन्होंने जिहड़े मजीशियन ने वह मार दिते ने, किन्ना कुछ उत्थे होया पिया उत्थे आपां नूं देखदे पए हां। असी इस तरह की कोई भी असी नहीं चाहते कि किसी बंदे नाल इस तरह का मनुख की अज की लोड़ है रोटी की, चंगी सेहत की, चंगे स्कूलों की, चंगे हस्पतालों की, पेनशन बुढ़ापे के पेनशन इंजॉय करने की, सारी उम्र हक कम करते हो ये हक सानू मिलने चाहिए जो मनुख लिए जरूरी ने। भगवान जी तुम बिल्कुल अफगानिस्तान की गल की आ जिहड़ा धर्म है ये हर एक बंदे का अपना पर्सनल मैटर आ, कोई बंदा ये नहीं कह सकता कि मेरा पर धर्म दूजे धर्म नालों वधिया। जदों ये गल्लां शुरू हो जांदियां कि मेरा धर्म तेरे नालों वधिया तां इतिहास फरोल के देखो भगवान जी जे दुनिया ते जिहड़ी कतलेआम होई आ उहदा 80% इतिहास ये गवाही दिंदा भी 80% इन्हां गल्लां करके होया। जदों बंदा ये समझदा भी मैं तुहाडे नालों मेरा धर्म वधिया, मैं तुहाडे नालों वधिया, वो इतिहास के विच पईआं चीज़ां। दूसरी गल तुसीं अफगानिस्तान नूं टच किया, अफगानिस्तान के बच्च जिहड़ियां औरतां 3.5 मिलियन जिहड़े बच्चे आ वह अपने बच्चों पढ़ाउण लई बहुते हिस्से नूं पाकिस्तान विच पढ़ा रहा करके तलिबाना ने वह जिहड़े स्कूल वह बंद कर दित्ते बच्चियां दे। असी तां अज सोचण दा सवाल यह आ हर बंदे लई, मैं किसी धर्म का विरोधी नहीं ना मैं किसी ख्यालों का विरोधी हाँ, मैं अपनी राय रखदा, मेरी राय है ये आ कि की ये दुरुस्त आ कि साडियां बच्चियां नूं पढ़न दे मौके ना मिलन, की ये दुरुस्त आ कि उन्हां बच्चियां दे जिहड़े स्कूल आ बंद कर दिते जाण, की ये अगांहवधू गल है जां ये पछां खिचू गल है। सानू ये ते निर्णय लैने चाहिए आ, सानू जज्बाती हो के सानू ये नहीं कहना चाहिए भी फलाना बंदा आस्तक आ फलाना बंदा नास्तक, ये देखना चाहिए भी जदों कोई भी सरकारां अज लोड़ आ लोकां नूं वधिया रुजगार दी, अज लोड़ आ लोकां नूं वधिया एजुकेशन दी, अज लोकां नूं लोड़ आ वधिया सेहत दी। जे ये चीज़ां कोई भी जिहड़ी हकूमत आ पूरियां करदी आ वह लोक पक्षी हुकूमत है। साडे मसले तां भगवंत जी ये आ, साडे रुजगार दे मसले आ, इन्हां तों शिफ्ट करके जाण बुझ के मीडिया राहीं साडे सामने वह परोसिया जा रहा, साडे सामने वह इशू लिआंदे जा रहा जिन्हां दी कोई तुक नहीं बनती, जिन्हां जिहड़ा मनुखता लई जरूरी नहीं है। इस करके मैं तो यही कहना सानू जे कोई भी गल है सानू विवाद दे नाल, विवाद तो मतलब डिस्कशन नाल जिहड़ा है वो थ्रू डिस्कशन थ्रू चर्चा थ्रू जिहड़ा संवाद रचा के हल रचने चाहिए आ, ना कि जे मेरे तुहाडे विचार नहीं मिलते तो मैं तैनू मार दूंगा मैं तैनू ये कर दूंगा। ये जिहड़े ये एक फाशिज़म आ ये जिहड़ा थोट आ ये जो विचार डिवेलप वो डिवेलपमेंट नहीं होंगी, विचार की डिवेलपमेंट सदा ही थ्रू जी थ्रू डिस्कशन होंगी है मेरी तय राय। देखो तुम मेरे वीरो तुम देखते होंगे भारत के इस वक्त हिंदू राष्ट्र के नारे लाए जा रहे हैं, मनु समृति मुड़ के लियावे मनुवाद मुड़ के लियावे, और वो इस पूरी कोशिश भी कर रहे हैं।
ਤੁਸੀਂ ਦੇਖਦੇ ਹੋਗੇ ਹਰ ਪਾਸੇ ਜਿਹੜੇ ਉਹ ਮੋਦੀ ਆ ਜਾਂ ਉਹ ਭਾਜਪਾ ਸਰਕਾਰ ਆ ਉਹ ਧਾਰਮਿਕ ਚਿੰਨ੍ਹਾਂ ਨਾਲ ਉਦਘਾਟਨ ਕਰ ਰਹੀ ਹੈ, ਧਾਰਮਿਕ ਚਿੰਨ੍ਹ ਮੂਹਰੇ ਲਿਖੇ ਜਾ ਰਹੇ ਨੇ। ਕਾਹਦੇ ਲਈ? ਉਹ ਜਿਸ ਪਾਸੇ ਨੂੰ ਮੁਲਕ ਨੂੰ ਲੈ ਕੇ ਜਾ ਰਹੇ ਨੇ ਉਸ ਪਾਸਿਓਂ ਜੇ ਲੋਕਾਂ ਨੇ ਨਹੀਂ ਸਮਝੇ, ਉਹ ਬਿਲਕੁਲ ਜਿਹੜਾ ਅਫਗਾਨਿਸਤਾਨ ਹੈ ਅਤੇ ਜਾਂ ਹੋਰ ਜਿਹੜੇ ਧਾਰਮਿਕ ਸਰਕਾਰਾਂ ਨੇ, ਰਿਲੀਜੀਅਸ ਸਟੇਟਸ ਨੇ, ਜਿਵੇਂ ਕਿ ਆਪਣੇ ਇਰਾਨ ਆ, ਇਜ਼ਰਾਈਲ ਆ, ਬੰਗਲਾਦੇਸ਼ ਵਿੱਚ ਹੈਗੇ ਆ, ਪਾਕਿਸਤਾਨ ਦੇ ਵਿੱਚ ਹੈਗੇ ਆ, ਉੱਥੇ ਲੋਕਾਂ ਦੀ ਜ਼ਿੰਦਗੀ ਦੇਖੋ ਕਿੰਨੀ ਔਖੀ ਹੈ। ਤੁਸੀਂ ਇੰਗਲੈਂਡ ਦੇ ਵਿੱਚ, ਸਾਰੇ ਲੋਕ ਮੇਰੇ ਵੀਰ ਇੱਥੇ ਇੰਗਲੈਂਡ ਦੇ ਵਿੱਚ ਹੈਗੇ ਨੇ, ਸਾਡੇ ਪੰਜਾਬੀ ਭਰਾ ਵੀ ਅਤੇ ਸਾਰੇ ਦੋ ਅੰਗਰੇਜ਼ ਨੇ, ਉਹ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਰਾਬ ਪੀਂਦੇ ਨੇ, ਬੀਅਰ ਪੀਂਦੇ ਨੇ, ਪੱਬਾਂ ਨੂੰ ਜਾਂਦੇ ਨੇ, ਉਹਨਾਂ ਦਾ ਕਲਚਰ ਇੱਥੇ ਦਾ। ਅਤੇ ਜੇ ਕੱਲ੍ਹ ਨੂੰ ਕੋਈ ਬੰਦਾ ਉੱਠ ਕੇ ਇੱਥੇ ਕਵੇ, ਤੁਸੀਂ ਜਿਹੜੇ ਮੇਰੇ ਵੀਰ ਇਹ ਸਮਝਦੇ ਗੱਲ ਨੂੰ ਕਿ ਤੁਸੀਂ ਸ਼ਰਾਬ ਬੰਦ ਕਰੋ, ਤੁਸੀਂ ਜਿਹੜਾ ਮੀਟ ਖਾਣਾ ਬੰਦ ਕਰੋ, ਤੁਸੀਂ ਸ਼ਾਮ ਨੂੰ ਪੱਬਾਂ ਨੂੰ ਜਾਣਾ ਬੰਦ ਕਰੋ, ਕੀ ਤੁਸੀਂ ਝੱਲੋਗੇ ਇਹ? ਕੀ ਇਹ ਜਾਇਜ਼ ਆ ਕਿ ਬੰਦੇ ਨੇ ਪੱਬ ਨੂੰ ਜਾਣਾ, ਬੀਅਰ ਪੀਣੀ ਆ, ਕੁਛ ਵੀ ਕਰਨਾ, ਉਹਦੀ ਆਪਣੀ ਮੰਨਾ ਆ। ਜਦ ਤੱਕ ਉਹ ਬੰਦਾ ਦੂਸਰਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਉਹ ਬੀਅਰ ਪੀ ਕੇ ਕਿਸੇ ਨੂੰ ਤੰਗ ਨਹੀਂ ਕਰਦਾ, ਉਹ ਸ਼ਰਾਬ ਪੀ ਕੇ ਤੰਗ ਨਹੀਂ ਕਰਦਾ। ਜੇ ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਕਿ ਤੂੰ ਮੀਟ ਨਹੀਂ ਖਾ ਸਕਦਾ ਇੱਥੇ, ਮਨਾ ਆ, ਇਹ ਨਹੀਂ, ਉਹ ਬੰਦੇ ਦੀ ਆਪਣੀ ਆ। ਜੇ ਉਹ ਮੀਟ ਖਾਣਾ ਉਹਨੂੰ ਖਾ ਸਕਦਾ, ਉਹ ਸ਼ਰਾਬ ਪੀ ਸਕਦਾ, ਜੋ ਉਹਨੇ ਕਰਨਾ ਉਹਦੀ ਆਪਣੀ ਮਰਜ਼ੀ ਆ। ਪਰ ਜੇ ਉਹਨੂੰ ਅਸੀਂ ਕਹੀਏ ਕਿ ਤੂੰ ਭਾਈ ਇਹ ਨਹੀਂ ਕਰਨਾ, ਤੂੰ ਪੀਲੇ ਰੰਗ ਦੀ ਪੱਗ ਬੰਨਣੀ ਆ ਤਾਂ ਕਾਲੇ ਰੰਗ ਦੀ ਪੱਗ ਬੰਨਣੀ ਆ, ਤੂੰ ਆਹ ਨਹੀਂ ਪਾ ਸਕਦਾ, ਤੂੰ ਧੋਤੀ ਲਾ ਸਕਦਾ, ਤੂੰ ਧੋਤੀ ਨਹੀਂ ਲਾ ਸਕਦਾ, ਇਹ ਸਾਰਾ ਕੁਛ ਜਿਹੜਾ ਹੈਗਾ ਆ, ਇਹ ਸਾਨੂੰ ਕਿਸੇ 'ਤੇ ਰੋਕਾਂ ਲਾ ਕੇ ਉਸ ਨੂੰ ਬੰਦਿਸ਼ਾਂ 'ਚ ਰੱਖ ਕੇ ਕਿਸੇ ਬੰਦੇ ਨੂੰ ਨਹੀਂ ਰੱਖਣਾ ਚਾਹੀਦਾ। ਹਾਂ, ਜਿੱਥੇ ਕੋਈ ਬੰਦਾ ਗੈਰ ਕਾਨੂੰਨੀ ਕੰਮ ਕਰਦਾ ਉਸ ਨੂੰ ਬੰਦਿਸ਼ਾਂ ਵਿੱਚ ਰੱਖਣਾ ਪੈਂਦਾ ਹੈ, ਜਦੋਂ ਉਹ ਬੰਦਾ ਕਿਸੇ ਪਾਸੇ ਗਲਤ ਕੰਮ ਕਰਦਾ। ਜਿਵੇਂ ਕਿ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਹਫ਼ਤੇ, ਗੱਲ ਨੂੰ ਮੈਂ ਮੋੜ ਦੂਜੇ ਪਾਸੇ ਦਿੰਦਾ ਕਿ ਅਮੈਰੀਕਾ ਦੇ ਵਿੱਚ ਇੱਕ ਸਾਡੀ ਛੋਟੀ ਬੇਟੀ ਇੰਡੀਆ ਤੋਂ ਪੜ੍ਹ ਲਈ ਗਈ ਸੀਗੀ, ਤਾਂ ਉੱਥੇ ਉਹ ਰੋਡ ਐਕਸੀਡੈਂਟ ਹੋਇਆ, ਉਹਦੀ ਜਾਨ ਚਲੀ ਗਈ। ਅਤੇ ਉਹ ਜਾਨ ਜੇ ਚਲੀ ਗਈ ਤਾਂ ਜਿਹੜੇ ਔਰ ਜਿਹੜੇ ਉਹ ਪੁਲਿਸ ਔਫਿਸਰ ਜਿਹਨਾਂ ਦੀ ਟੱਕਰ ਹੋਈ ਆ ਉਹ ਹੱਸਦੇ ਨੇ। ਇੱਕ ਪਾਸੇ ਉਸ ਮਾਂ ਬਾਪ ਦਾ ਕੀ ਹਾਲ ਹੋਊਗਾ ਜਿਹਨਾਂ ਦੀ ਬੱਚੀ ਮਾਰੀ ਗਈ, ਉਹ ਰੋਡ ਐਕਸੀਡੈਂਟ 'ਚ ਮਾਰੀ ਗਈ ਆ, ਅਤੇ ਇੱਕ ਪਾਸੇ ਉਹ ਲੋਕ ਜਿਹਨਾਂ ਦਾ ਦਿਮਾਗ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਜਿਹੜੇ ਗੈਰ ਇਨਸਾਨੀਅਤ ਨੇ, ਜਿਹਨਾਂ ਦੀ ਤਾਂ ਕੋਈ ਇਨਸਾਨੀਅਤ ਨਹੀਂ ਜਿਹਨਾਂ ਦੇ ਵਿੱਚ, ਉਹ ਹੱਸਦੇ ਪਏ ਨੇ ਕਿ ਗੱਲ $11,000 ਦੀ ਇਹਦੀ ਜ਼ਿੰਦਗੀ ਆ। ਅਤੇ ਉਹ ਜਿਹੜੇ ਇਸ ਤਰ੍ਹਾਂ ਦੇ ਖਿਆਲਾਂ ਦੇ ਲੋਕ ਨੇ, ਉਹ ਲੋਕ ਜਿਹਨਾਂ ਨੂੰ ਮਨੁੱਖਤਾ ਨਾਲ ਪਿਆਰ ਨਹੀਂ, ਉਹਨਾਂ ਲੋਕਾਂ 'ਤੇ ਬੰਦਿਸ਼ਾਂ ਲਾਉਣੀਆਂ ਪੈਂਦੀਆਂ ਨੇ। ਪਰ ਜੇ ਕੋਈ ਬੰਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ, ਆਪਣਾ ਖਾ ਰਿਹਾ, ਪੀ ਰਿਹਾ, ਆਪਣੇ ਬੱਚੇ ਪਾਲ ਰਿਹਾ, ਠੀਕ ਆ, ਉਹਨੂੰ ਜਿੱਦਾਂ ਪਾਰਦਾ ਪਾਣ ਦਿਓ, ਉਹਨੇ ਗਲ 'ਚ ਕਰੋਸ ਪਾਉਣਾ, ਕਰੋਸ ਪਾ ਲਵੇ, ਕਿਸੇ ਨੇ ਮਹਾਰਾਜ ਨੂੰ ਮੱਥਾ ਟੇਕਣਾ ਟੇਕ ਲਿਓ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਕਿਸੇ ਨੇ ਗੀਤਾ ਦੀ ਪੂਜਾ ਕਰਨੀ ਹੈ ਘਰੇ, ਜੀ ਸਦਕੇ ਕਰੇ, ਉਹਦਾ ਕਿਸੇ ਦਾ ਨਹੀਂ। ਜਦ ਤੱਕ ਉਹ ਬੰਦਾ ਕਿਸੇ ਦੂਸਰੇ ਨੂੰ ਨਹੀਂ ਕਹਿੰਦਾ ਵੀ ਤੂੰ ਵੀ ਗੀਤਾ ਪੜ੍ਹ, ਤੂੰ ਵੀ ਕੁਰਾਨ ਪੜ੍ਹ, ਤੂੰ ਵੀ ਕਰੋਸ ਪਾ, ਤੂੰ ਵੀ ਮਹਾਰਾਜ ਪੜ੍ਹ, ਇਹ ਫਿਰ ਲੜਾਈ ਇੱਥੋਂ ਸ਼ੁਰੂ ਹੁੰਦੀ ਆ। ਤੁਹਾਡਾ ਜਿਹੜਾ ਧਰਮ ਆ, ਤੁਹਾਡੇ ਜਿਹੜੇ ਖਿਆਲ ਆ, ਉਹ ਤੁਹਾਡੇ ਆਪਣੇ ਨੇ। ਜਿਹੜਾ ਧਰਮ ਹੈ ਹਰੇਕ ਬੰਦੇ ਦਾ ਆਪਣਾ ਵਿਅਕਤੀਗਤ, ਅਸੀਂ ਹਮੇਸ਼ਾ ਕਹਿੰਦੇ ਹਾਂ ਉਹਦਾ ਆਪਣਾ ਵਿਅਕਤੀਗਤ, ਉਹਦਾ ਪਰਸਨਲ ਮੈਟਰ ਆ, ਉਹ ਕਿਸੇ 'ਤੇ ਉਹਨੂੰ ਨਹੀਂ ਠੋਕ ਸਕਦਾ, ਨਾ ਠੋਕਣਾ ਚਾਹੀਦਾ ਆ। ਹਾਂਜੀ ਹਾਂਜੀ, ਮੈਂ ਤਾਂ ਭਗਵਾਨ ਜੀ ਇਹੀ ਗੱਲ ਕਹਿਣੀ ਚਾਹੁੰਦਾ ਬਈ ਜਿਹੜਾ ਜਬਰ ਆ, ਹੁਣ ਗੁਰੂ ਨਾਨਕ ਦੇਵ ਜੀ ਦੇ ਟਾਈਮ ਵਿੱਚ ਉਹ ਉਹਨਾਂ ਨੂੰ ਜੰਝੂ ਪਾਉਣ ਨੂੰ ਕਹਿੰਦੇ ਸੀਗੇ, ਉਹਨਾਂ ਨੇ ਪਾਏ ਨਹੀਂ। ਨੌਵੇਂ ਗੁਰੂ ਉਹਨਾਂ ਨੇ ਜੰਝੂ ਉਹ ਜੰਝੂ ਪਾਉਣ ਤੋਂ ਰੋਕਦੇ ਸੀਗੇ, ਉਹ ਨਹੀਂ, ਉਹਨਾਂ ਕਿਹਾ ਵੀ ਤੁਸੀਂ ਲਾ ਨਹੀਂ ਸਕਦੇ, ਇਹਨਾਂ ਨੂੰ ਪਾਉਣ ਦਾ ਹੱਕ ਚਾਹੀਦਾ। ਇਹ ਸਾਰੀ ਗੱਲ ਜੇ ਤੁਸੀਂ ਸਮਝਣੀ ਹੋਵੇ, ਉਹ ਇਹਦੀ ਇਹ ਬਣਦੀ ਆ ਵੀ ਜਬਰ ਨਾਲ ਪਾਉਣਾ ਵੀ ਮਾੜਾ ਆ, ਜਬਰ ਨਾਲ ਲਾਉਣਾ ਵੀ ਮਾੜਾ। ਤੁਸੀਂ ਕਿਸੇ ਨੂੰ ਕਨਵੈਂਸ ਕਰ ਲਓ, ਉਹਨੂੰ ਮਗਰ ਲਾ ਲਓ, ਜਿਹੜੀ ਸਾਡੀ ਵੀ ਇਹੀ ਰਾਇ ਵੀ ਕਿਸੇ ਬੰਦੇ ਨੂੰ ਤੂੰ ਸਮਝਾ, ਤੁਸੀਂ ਆਪਣੇ ਸਮਝ ਆਪਣੀ ਦਲੀਲ ਨਾਲ ਕਾਇਲ ਕਰਕੇ, ਆਪਣੀ ਆਪਣੀ ਜਿਹੜੀ ਰੈਸ਼ਨਲਿਜ਼ਮ ਨਾਲ, ਰੈਸ਼ਨਲ ਨਾਲ ਉਹਨਾਂ ਨੂੰ ਆਰਗੂ ਕਰਕੇ ਜਾਂ ਡਿਸਕਸ਼ਨ ਕਰਕੇ ਉਹਨਾਂ ਨੂੰ ਮਗਰ ਲਾ ਲਓ, ਕਿਸੇ ਦੀ ਕੋਈ ਦਿੱਕਤ ਥੋੜ੍ਹੀ ਆ। ਜਦੋਂ ਤੁਸੀਂ ਕਿਸੇ ਨੂੰ ਤਾਕਤ ਦੇ ਨਾਲ, ਜੇ ਬੰਦਾ ਤੁਹਾਡੀ ਗੱਲ ਨਹੀਂ ਮੰਨਦਾ, ਤੁਸੀਂ ਕਹਿੰਦੇ ਹਾਂ ਵੀ ਅਸੀਂ ਤੁਹਾਨੂੰ ਮਾਰ ਦਿਆਂਗੇ, ਤੁਹਾਨੂੰ ਇਹ ਕਰ ਦਿਆਂਗੇ, ਇਹ ਇੱਕ ਫਾਸ਼ੀਵਾਦ ਤੋਂ ਘੱਟ ਨਹੀਂ। ਅਸੀਂ ਜਿਹੜਾ ਫਾਸ਼ੀਵਾਦ ਦਾ ਵਿਰੋਧ ਕਰਦੇ, ਭਾਵੇਂ ਕਿਸੇ ਵੀ ਧਿਰ ਵੱਲੋਂ ਉਹ ਆ ਰਿਹਾ ਹੋਵੇ। ਇੱਥੇ ਹਾਂਜੀ, ਕੰਸਟੀਟਿਊਟ ਦੇ ਜੀ ਆਇਆਂ ਨੂੰ ਜੀ, ਚੌਹਾਨ ਬੋਲਦਾ ਬਰਮਿੰਘਮ ਤੋਂ। ਹਾਂਜੀ ਚੌਹਾਨ ਜੀ, ਜੀ ਆਇਆਂ ਨੂੰ। ਦੇਖੋ ਜਿਹੜਾ ਅੱਜ ਹੈ ਨਾ, ਤੁਸੀਂ ਜ਼ਿਕਰ ਕਰ ਰਹੇ ਹੋ ਵੀ ਬੱਚੀ ਦੀ ਮੌਤ ਹੋਈ ਹੈ,
पटियाला यूनिवर्सिटी दे विच हां जी ये बहुत दुखदायक है पर बड़ी तो गल है भी जेड़ा बिना किसी जांच तो बयान देना ये बहुत माड़ी गल है हाँ क्योंकि फिर ये कहना भी ये नास्तिक जिम्मेदार है तो उतू भी माड़ी गल है क्योंकि जांच होनी चाहिए है भी होया की है बिल्कुल पर पा उत्थे देखो मैं हैरान हाँ भी जो पंजाब दे विच इस वेले इन्नी बुरी हालत है क्योंकि आपां पहला सुनते होंगे सी भी पंजाब जींदा गुरां दे नां ते है बिल्कुल जी पर अज उत्थे बिल्कुल उल्ट हो रहा सही गल थोड़ी क्योंकि वो जिहड़ी राजनीति वो इन्नी गलत पासे चले गई है भी उत्थे वड्डी पार्टी जिहड़ी मतलब मूहरे होके जिहदा नां सी वो अकाली दल सी उहदी देखो हालत की हो गई ਕੀਤੀ ਉਹਨੀ ਲੋਕਾਂ ਨੇ ਆ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਹਾਂਜੀ ਹਾਂਜੀ ਉਹਨੀ ਉਹ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਉਹਨਾਂ ਦਾ ਹਿੰਦੂਕਰਨ ਕਰ ਦਿੱਤਾ ਅੱਜ ਉਹ ਕਿਸੇ ਪਾਸੇ ਜੋਗੇ ਨਹੀਂ ਬਹੁਤ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਿਲਕੁਲ ਸਹੀ ਹੈ ਹੁਣ ਉਹ ਤੁਸੀਂ ਦੇਖੋ ਵੀ ਜਿਹੜੇ ਲੋਕ ਆ ਉਹ ਲੋਕ ਕੀ ਕਾਰਨ ਲੋਕਾਂ ਨੇ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਹਨੇ ਕਿਹਾ ਵੀ ਚਲੋ ਇਹ ਹੋਰ ਤਾਂ ਹੈਗੀ ਆ ਵੀ ਇਹਨਾਂ ਇਸ ਪਾਰਟੀ ਨੂੰ ਮੌਕਾ ਦੇ ਕੇ ਦੇਖੋ ਹੁਣ ਤੁਸੀਂ ਦੇਖੋ ਵੀ ਜਿਹੜੀ ਪਾਰਟੀ ਐਡੀ ਵੱਡੀ ਪਾਰਟੀ ਹੁੰਦੀ ਸੀ ਉਹਨਾਂ ਦੇ 3 MLA ਬਣੇ ਸੀ ਸਿਰਫ ਅਕਾਲੀਆਂ ਦੇ ਬਿਲਕੁਲ ਐਸ ਕਿਤੇ ਲਾਈਆਂ ਹਾਂ ਜੀ ਔਰ 3 ਹੀ ਆ ਔਰ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਵੀ ਉਹ ਨਹੀਂ ਕੀ ਕਰਨਾ ਫਿਰ ਤੁਸੀਂ ਜਿਹੜੀ ਲੀਡਰਸ਼ਿਪ ਆ ਤੁਸੀਂ ਦੇਖੋ ਵੀ ਜੇ ਲੀਡਰਸ਼ਿਪ ਹੀ ਨਹੀਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇਹ ਜਿਹੜੀ ਭਾਜਪਾ ਜਾਂ RSS ਆ ਇਹਨੇ ਕੀਤਾ ਔਰ ਉਹ ਜਿਹੜੇ ਅੱਜ ਤੁਸੀਂ ਦੇਖੋ ਵੀ ਸਿੱਖਾਂ ਦੇ ਜਿੰਨੇ ਲੀਡਰ ਆ ਉਹ ਮੋਦੀ ਦੇ ਗੁਣ ਗਾ ਰਹੇ ਆ ਔਰ ਉਹ ਕਹਿੰਦੇ ਵੀ ਸਾਡੇ ਸਿੱਖਾਂ ਦਾ ਸਭ ਸਿੱਖਾਂ ਵਾਸਤੇ ਸਭ ਤੋਂ ਚੰਗਾ ਬੰਦਾ ਇਹ ਹੈ ਦੇਖੋ ਕਿੰਨੀ ਮਾੜੀ ਗੱਲ ਹੈ ਪਰ ਉੱਥੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਵੀ ਜੇ ਭਾਵਾਂ ਇੱਕ ਗੁਰਦੁਆਰਾ ਜਾਂ ਦੋ ਗੁਰਦੁਆਰੇ ਆ ਉਹ ਕੋਈ ਮਤਲਬ ਲੋਕਾਂ ਦਾ ਇੱਦਾਂ ਦਾ ਪ੍ਰਚਾਰ ਨਹੀਂ ਕਰਦੇ ਵੀ ਨਸ਼ੇ ਹੀ ਕਰ ਜਾਣ ਇੰਨੇ ਨਵੇਂ ਨਸ਼ੇ ਵੱਧ ਰਹੇ ਆ ਫਿਰ ਹੋਰ ਗਲਤ ਕੰਮ ਹੋ ਰਹੇ ਆ ਔਰ ਜਗ੍ਹਾ ਜਗ੍ਹਾ ਜਠੇਰਿਆਂ ਦੇ ਜਗ੍ਹਾ ਬਣ ਰਹੀਆਂ ਫਿਰ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਵੀ ਨਾਲ ਹੀ ਗੁਰਦੁਆਰੇ ਦੇ ਮਾਤਾ ਦਾ ਜਗਰਾਤਾ ਹੁੰਦਾ ਬਾਵੇ ਦੇ ਜਾਗਰਾਤੇ ਹੁੰਦੇ ਆ ਸਾਰੀ ਰਾਤ ਉਹ ਇੱਦਾਂ ਦਾ ਕੰਮ ਕਰਦੇ ਰਹਿੰਦੇ ਆ ਕਿਉਂਕਿ ਇੰਨਾ ਜਣੀ ਨਿਗਾਰ ਆ ਗਿਆ ਪਰ ਵੱਡੀ ਤਾਂ ਗੱਲ ਆ ਵੀ ਜਿਹੜਾ ਨਾਸਤਿਕਾਂ ਨੂੰ ਇੱਦਾਂ ਕਹਿਣਾ ਇਹ ਤਾਂ ਉੱਦਾਂ ਹੀ ਮਾੜੀ ਗੱਲ ਹੈ ਕਿਉਂਕਿ ਜਿਹੜਾ ਪੰਜਾਬ ਆ ਪੰਜਾਬ ਤੁਸੀਂ ਦੇਖੋ ਵੀ ਕਿੱਦਾਂ ਪਹਿਲਾਂ ਪੰਜਾਬ ਕਿੱਡਾ ਵੱਡਾ ਸੀ 47 'ਚ ਘੱਟ ਹੋ ਗਿਆ ਫਿਰ ਘੱਟ ਹੋ ਗਿਆ ਪਰ ਬੜੀ ਤਾਂ ਗੱਲ ਹੈ ਵੀ ਅੱਜ ਹਾਲਤ ਇੱਦਾਂ ਦੇ ਆ ਵੀ ਜਾਣੀ ਤੁਸੀਂ ਦੇਖੋ ਵੀ ਉੱਥੋਂ ਕਿੰਨੇ ਲੋਕ ਬਾਹਰ ਜਾ ਰਹੇ ਆ ਔਰ ਜਿੰਨਾ ਕੁਛ ਆ ਮਤਲਬ ਸਾਰਾ ਕੁਛ ਡਾਵਾਂ ਡੋਲ ਲਿਆ ਔਰ ਕਾਨੂੰਨ ਦੀ ਅਵਸਥਾ ਬਹੁਤ ਮਾੜੀ ਹੈ ਪਰ ਜਿਸ ਵੇਲੇ ਕੋਈ ਇੱਦਾਂ ਦਾ ਉਹ ਬਿਆਨ ਦਿੰਦੇ ਆ ਜਿਹਨੇ ਵੀ ਬਿਆਨ ਦਿੱਤਾ ਉਹਨੇ ਇਹ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਦਿੱਤਾ ਕਿਉਂਕਿ ਅੱਗੇ ਵੀ ਮੈਂ ਉਹਨਾਂ ਦੇ ਬਿਆਨ ਸੁਣਦਾ ਰਹਿੰਦਾ ਕਦੇ ਤਾਂ ਉਹ ਕਹਿ ਦਿੰਦਾ ਵੀ ਜਿਹੜਾ ਅਕਾਲੀ ਦਲ ਖਤਮ ਹੋ ਗਿਆ ਮੁੜ ਕੇ ਠੀਕ ਹੋਣਾ ਚਾਹੀਦਾ ਪਰ ਇਹ ਤਾਂ ਲੋਕਾਂ ਦੇ ਵਿੱਚ ਤੁਹਾਨੂੰ ਵਿਸ਼ਵਾਸ ਬਣਾਉਣਾ ਪਊਗਾ ਜਦ ਤੱਕ ਤੁਹਾਨੂੰ ਲੋਕਾਂ ਦਾ ਜਦ ਨਾ ਯਕੀਨ ਉੱਠ ਜਾਂਦਾ ਫਿਰ ਗੱਲ ਜਿਹੜੀ ਖਤਮ ਹੁੰਦੀ ਹੈ ਬਿਲਕੁਲ ਬਿਲਕੁਲ ਹਾਂਜੀ ਹੁਣ ਉੱਥੇ ਦੇ ਹਾਲਾਤ ਜਾਨੀ ਇੰਨੇ ਮਾੜੇ ਹੋ ਚੁੱਕੇ ਆ ਉਹ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਉੱਥੇ ਦਾ ਯੂਥ ਆ ਜੇ ਉਹ ਯੂਥ ਹੀ ਪੜਨ ਕਰ ਲਵੇ ਵੀ ਅਸੀਂ ਇਹ ਬੁਰਾਈਆਂ ਛੱਡਣਗੀਆਂ ਅਸੀਂ ਨਸ਼ੇ ਛੱਡਣੇ ਆ ਫਿਰ ਆ ਜਿਹੜਾ ਵੱਖਵਾਦ ਦੀਆਂ ਗੱਲਾਂ ਕਰਨੀਆਂ ਇਹ ਤਾਂ ਬਹੁਤ ਉੱਦਾਂ ਹੀ ਮਾੜੀਆਂ ਹੈ ਤੁਸੀਂ ਦੇਖੋ ਵੀ ਕਿੰਨਾ ਯੂਥ ਪੰਜਾਬ ਦੇ ਵਿੱਚ ਮਾਰਿਆ ਗਿਆ ਪੁਲਿਸ ਨੇ ਵੀ ਮਾਰੇ ਆਪਸ ਵਿੱਚ ਵੀ ਮਾਰੇ ਹੈ ਬਿਲਕੁਲ ਹੁਣ ਕਨੇਡਾ ਦੀ ਤੁਸੀਂ ਗੱਲ ਕਰਦੇ ਹੋ ਵੀ ਕਨੇਡਾ ਦੇ ਵਿੱਚ ਜਿਹੜੇ ਆਪਸ ਵਿੱਚ ਹੀ ਲੋਕਾਂ ਨੂੰ ਬਹੁਤ ਮਾਰਿਆ ਇੱਥੇ ਕਿੰਨੀ ਵਾਇਲੈਂਸ ਹੁੰਦੀ ਆ ਅਮੈਰੀਕਾ 'ਚ ਕਿੰਨੀ ਵਾਇਲੈਂਸ ਹੋ ਰਹੀ ਹੈ ਵੀ ਇਹ ਤਾਂ ਉੱਦਾਂ ਵੀ ਬਦਨਾਮ ਹੁੰਦਾ ਮੁਲਕ ਵੀ ਤੁਸੀਂ ਵਿਦੇਸ਼ਾਂ ਜਾ ਕੇ ਇੱਦਾਂ ਕਰਦੇ ਹੈ ਇਸ ਕਰਕੇ ਦੇਖੋ ਬਿਨਾਂ ਸੋਚੇ ਸਮਝੇ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਵੀ ਜਿਹੜਾ ਤੁਸੀਂ ਕਿਸੇ ਨੂੰ ਕਹਿ ਦੇਣਾ ਵੀ ਉਹਦੇ ਕਰਕੇ ਇੱਦਾਂ ਹੋਇਆ ਹੁਣ ਦੇਖੋ ਇਹ ਬੜੀ ਤਾਂ ਗੱਲ ਆ ਵੀ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਹਰ ਇੱਕ ਨੂੰ ਹੱਕ ਦਿੰਦਾ ਵੀ ਤੁਸੀਂ ਚਾਹੇ ਕਿਸੇ ਧਰਮ ਨੂੰ ਮੰਨੋ ਚਾਹੇ ਨਾ ਮੰਨੋ ਪਰ ਅੱਜ ਤੱਕ ਜਿੰਨੇ ਕੰਮ ਚੰਗੇ ਕੀਤੇ ਆ ਵੀ ਜਿਹੜੇ ਜ਼ਿਆਦਾ ਰੱਬ ਰੱਬ ਕਰਦੇ ਆ ਉਹਨੇ ਲੋਕਾਂ ਦਾ ਜ਼ਿਆਦਾ ਨੁਕਸਾਨ ਕੀਤਾ 1947 ਦੇ ਵਿੱਚ ਕਿੰਨੇ ਕਤਲ ਹੋਏ ਆ ਬਿਲਕੁਲ ਉਹ ਸਾਰੇ ਧਰਮ ਦੇ ਨਾਂ ਤੇ ਹੋਏ ਹਾਂ ਬਿਲਕੁਲ ਘੱਟੋ ਘੱਟ ਹੁਣੇ ਸਮਝ ਲੈਣੀ ਚਾਹੀਦੀ ਆ ਦੇਖੋ ਜਿਹੜੀ ਲੋਕਾਂ ਦੇ ਨਾਲ ਸਤਿਕਾਰ ਕਰੋ ਪਿਆਰ ਕਰੋ ਆਪ ਵੀ ਜੀਓ ਤੇ ਲੋਕਾਂ ਨੂੰ ਜੀਣ ਦਿਓ ਬਿਲਕੁਲ ਸਹੀ ਇਹ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਤੁਹਾਡਾ ਫਕੀਰ ਚੰਦ ਜੀ
ਤੁਸੀਂ ਉਹ ਗੱਲ ਕੀਤੀ ਹੈ ਕਿ ਬਹੁਤ ਅਸਲ ਦੇ ਵਿੱਚ ਕੀ ਆ ਜਿਹੜੀਆਂ ਗੱਲਾਂ ਨਾਸਤਕ ਅੱਜ ਤੋਂ 40 ਸਾਲ ਪਹਿਲਾਂ ਕਰਦੇ ਸੀ 20 ਸਾਲ ਪਹਿਲਾਂ ਕਰਦੇ ਸੀ ਕਿ ਭਾਈ ਤੁਸੀਂ ਇੰਨਾ ਜਿਹੜਾ ਨਾ ਇਹਨਾਂ 'ਤੇ ਖਰਚਾ ਨਾ ਕਰੋ ਹੁਣ ਉੱਥੇ ਆ ਗਏ ਨੇ ਬਹੁਤੇ ਲੋਕ ਵੀ ਨਹੀਂ ਸਾਨੂੰ ਆਹ ਕਰਨ ਦੀ ਲੋੜ ਨਹੀਂ ਸਾਨੂੰ ਆਹ ਕਰਨ ਦੀ ਲੋੜ ਨਹੀਂ ਅਸੀਂ ਪੈਸਾ ਬਰਬਾਦ ਕਰਦੇ ਹਾਂ ਮੈਂ ਆਹ ਕੱਲ੍ਹ ਪਰਸੋਂ ਦੇਖਦਾ ਸੀ ਕਿ ਕਿਸ ਤਰ੍ਹਾਂ ਹੁਣ ਅਗਲੇ ਮਹੀਨੇ ਦੀਵਾਲੀ ਆ ਜਾਣੀ ਆ ਲੱਖਾਂ ਟਨ ਜਿਹੜਾ ਪੋਲਿਊਸ਼ਨ ਉਹ ਪਟਾਕੇ ਜਾਲੇ ਜਾਣਗੇ ਪੋਲਿਊਸ਼ਨ ਕੀਤਾ ਜਾਊਗਾ ਜਿਹਦਾ ਕਿੰਨਾ ਨੁਕਸਾਨ ਹੋਊਗਾ ਕਿੰਨਾ ਉਸ ਦੇ ਨਾਲ ਲੋਕਾਂ ਦੇ ਵਿੱਚ ਉਹ ਪੈਸਾ ਬਚਾ ਦੱਸਦਾ ਜਲ ਨੂੰ ਪੈਸਾ ਉਹ ਨੋਟ ਚੁੱਕਣ ਵਾਲੀ ਗੱਲ ਹੁੰਦੀ ਆ ਆ ਅੱਜ ਕੱਲ੍ਹ ਸ਼ਾਇਦ ਮੇਰੇ ਖਿਆਲ ਵੀ ਗਣੇਸ਼ ਪੂਜਾ ਚੱਲ ਰਹੀ ਆ ਹੁਣ ਉਹ ਕੀ ਹੁੰਦਾ ਕਿ ਉਹ ਅਸੀਂ ਬੁੱਤ ਬਣਾਉਂਦੇ ਹਾਂ ਮੂਰਤੀਆਂ ਬਣਾਉਂਦੇ ਹਾਂ ਉਹਨਾਂ ਨੂੰ ਬਾਅਦ ਦੇ ਵਿੱਚ ਪਹਿਲਾਂ ਪੂਜਦੇ ਹਾਂ ਫਿਰ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਅਸੀਂ ਜਾ ਕੇ ਉਹਨਾਂ ਨੂੰ ਦਰਿਆਵਾਂ ਦੇ ਵਿੱਚ ਸਮੁੰਦਰ ਦੇ ਵਿੱਚ ਇਸ ਤਰ੍ਹਾਂ ਸਿੱਟ ਦਿੰਦੇ ਹਾਂ ਅਤੇ ਜਿੱਥੇ ਵਿੱਚੇ ਕੁੱਤੇ ਫਿਰਦੇ ਹੁੰਦੇ ਆ ਵਿੱਚੇ ਲੋਕ ਹੋਰ ਪੁੱਠੇ ਸਿੱਧੇ ਕੰਮ ਕਰਦੇ ਆ ਉੱਥੇ ਸਾਡੇ ਜਿਹੜੇ ਭਗਵਾਨ ਆ ਅਸੀਂ ਉਹਨਾਂ ਨੂੰ ਸਿੱਟ ਕੇ ਆ ਜਾਂਦੇ ਹਾਂ ਅਤੇ ਜਿਹਦੇ ਨਾਲ ਪੋਲਿਊਸ਼ਨ ਜਿਹੜਾ ਮੱਛੀਆਂ ਨੂੰ ਜਿਹੜਾ ਜ਼ਹਿਰ ਜਾਂਦਾ ਪੇਂਟ ਜਿਹੜਾ ਜਾਂਦਾ ਪਿਆ ਉਹ ਲੋਕਾਂ ਦੇ ਜਿਹੜਾ ਹੈਗਾ ਉਹਦੇ ਨਾਲ ਪੋਲਿਊਸ਼ਨ ਬਹੁਤ ਵੱਧਾ ਪੰਜਾਬ ਦੇ ਜਿਹੜੇ ਅਸੀਂ ਦਰਿਆ ਨੇ ਉਹਨਾਂ ਦੇ ਵਿੱਚ ਦੇਖਦੇ ਹੋ ਕਿਸ ਤਰ੍ਹਾਂ ਚੁੰਨੀਆਂ ਕਿਸ ਤਰ੍ਹਾਂ ਉਹ ਸਿੱਟਦੇ ਨੇ ਜਾ ਕੇ ਜਿਹਦੇ ਨਾਲ ਕਾਫੀ ਪੋਲਿਊਸ਼ਨ ਹੁੰਦਾ ਉਹਦੇ ਨਾਲ ਬਲੋਕੇਜ ਹੁੰਦੀ ਆ ਉਹ ਦਰਿਆਵਾਂ ਦੇ ਵਿੱਚ ਫਸ ਜਾਂਦੇ ਨੇ ਹੜ੍ਹ ਆਉਂਦੇ ਨੇ ਹਾਂਜੀ ਜੀ ਭਗਵਾਨ ਜੀ ਜਿੱਦਾਂ ਤੁਸੀਂ ਅਮਰੀਕਾ ਦੇ ਵਿੱਚ ਬੱਚੀ ਦੀ ਡੈਥ ਦੀ ਗੱਲ ਵੀ ਸ਼ੁਰੂ ਕੀਤੀ ਸੀ ਅਸੀਂ ਉਹ ਜਿਹੜਾ ਇੱਕੋ ਰਿਮਾਰਕ ਸੀਗੇ ਉਸ ਆਫਿਸਰ ਦੇ ਉਹ ਰੇਸ਼ੀਅਲ ਰਿਮਾਰਕ ਸੀਗੇ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਅਸੀਂ ਆਪਣੀ ਫੁਰਸਤ ਮੁਤਾਬਕ ਇੱਥੇ ਜਥੇਬੰਦੀਆਂ ਜਿਹੜੀਆਂ ਰੇਸਿਜ਼ਮ ਅਤੇ ਫਾਸਿਜ਼ਮ ਦੇ ਖਿਲਾਫ ਲੜਦੀਆਂ ਰਹੀਆਂ ਅਸੀਂ ਵੀ ਪਰਸਨਲ ਰੂਪ ਵਿੱਚ ਭਗਵੰਤ ਨੇ ਵੀ ਅਸੀਂ ਵੀ ਸਾਡੇ ਹੋਰ ਸਾਥੀਆਂ ਨੇ ਵੀ ਉਹਨਾਂ ਦੇ ਵਿੱਚ ਹਿੱਸਾ ਲਿਆ ਜਿਹੜਾ ਰੇਸ਼ੀਅਲਿਜ਼ਮ ਆ ਜਾਂ ਜਿਹੜਾ ਫਾਸ਼ਿਜ਼ਮ ਆ ਇਹ ਲੋਕ ਵਿਰੋਧੀ ਆ ਇਹ ਇਨਸਾਨ ਵਿਰੋਧੀ ਆ ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਮੈਂ ਹੁਣ ਇੱਕ ਹੋਰ ਭਗਵਾਨ ਜੀ ਟੱਚ ਕਰਨਾ ਚਾਹੁੰਦਾ ਸਰਵੇ ਹੋਇਆ ਸੀ ਵੀ ਦੁਨੀਆ ਦੇ ਖੁਸ਼ ਬੰਦੇ ਕੌਣ ਆ ਸਰਵੇ ਦੇ ਵਿੱਚ ਇਹ ਕਿਹਾ ਸੀ ਵੀ ਨਾਰਵੇ ਦੇ ਜਿਹੜੇ ਬੰਦੇ ਆ ਮਨੁੱਖ ਆ ਉਹ ਦੁਨੀਆ ਦੇ ਸਭ ਤੋਂ ਹੈਪੀਐਸਟ ਪੀਪਲ ਆ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਉੱਥੇ ਅਰਾਊਂਡ 70% ਲੋਕ ਜਿਹੜੇ ਆ ਉਹ ਅਧਰਮੀ ਆ ਰੱਬ 'ਚ ਭਰੋਸਾ ਨਹੀਂ ਧਰਮ 'ਚ ਭਰੋਸਾ ਨਹੀਂ ਦੁਨੀਆ ਦੇ ਸਭ ਤੋਂ ਖੁਸ਼ਹਾਲ ਲੋਕ ਉਹ ਆ ਮੈਂ ਇਸ ਕਰਕੇ ਨਹੀਂ ਗੱਲ ਕਰਦਾ ਕਿ ਮੈਂ ਇਹ ਕਹਿੰਦਾ ਕਿ ਮੇਰਾ ਵਿਸ਼ਵਾਸ ਇਹ ਆ ਮੈਂ ਇਹ ਗੱਲ ਕਰਦਾ ਜਿਹੜੀ ਕਿ ਸਰਵੇ ਦੇ ਥਰੂ ਦੁਨੀਆ ਵਿੱਚ ਗਈ ਆ ਵੀ ਸਭ ਤੋਂ ਖੁਸ਼ਹਾਲ ਲੋਕ ਉਹ ਆ ਸੋ ਇਸ ਕਰਕੇ ਸਾਨੂੰ ਕੰਸਟੀਟਿਊਟ ਦੇ ਜੀਆਂ ਨੂੰ ਜੀ ਹਾਂਜੀ ਕੰਸਟੀਟਿਊਟ ਦੇ ਜੀਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਜੈ ਗੁਰਦੇਵ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸ਼ੁਭ ਨਾਮ ਵੀਰ ਜੀ ਮੈਂ ਉਹੀ ਗੱਲ ਕਰਦਾ ਸੀ ਮੈਂ ਤੁਹਾਡਾ ਸ਼ੁਭ ਨਾਮ ਵੀਰ ਜੀ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਮੈਂ ਪਲੀਜ਼ ਸੋਰੀ ਨਾਂ ਦੱਸਣਾ ਨਹੀਂ ਤੁਸੀਂ ਹਾਂਜੀ ਨਾਂ ਦੱਸਣਾ ਨਹੀਂ ਗਾ ਰਾਜ ਲਿਖਣਾ ਰਾਜ ਅੱਛਾ ਜੀ ਰਾਜ ਜੀ ਹਾਂ ਤੇ ਰਾਜ ਹਾਂਜੀ ਕਿਉਂਕਿ ਜਦੋਂ ਪ੍ਰਦੂਸ਼ਣ ਦੀ ਗੱਲ ਕਰਦੇ ਤੁਸੀਂ ਨਾ ਕਿਹੜੀ ਜਿਹੜੇ ਕਿਹੜੇ ਪਟਾਕੇ ਚੱਲਣੇ ਹੁਣ ਉਹਦਾ ਪ੍ਰਦੂਸ਼ਣ ਕਿੰਨਾ ਹੋਣਾ ਬਹੁਤ ਜ਼ਿਆਦਾ ਹੋਣਾ ਹਾਂਜੀ ਜਿਹੜੀ ਅਸੀਂ ਗੱਡੀਆਂ ਤਾਂ ਅਸੀਂ ਸੰਭਾਲ ਸੰਭਾਲ ਰੱਖੀਆਂ ਡੀਜ਼ਲ ਗੱਡੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਡੀਜ਼ਲ ਗੱਡੀ ਜਿੰਨੀਆਂ ਸੀ ਸਾਰੀ ਬੰਦ ਕਰ ਦਿੱਤੀਆਂ ਵੀ ਹਾਂਜੀ ਹਾਂਜੀ ਕਾਹੇ ਕਿਤੇ ਨਹੀਂ ਕਾ ਹੋ ਜਾਣਗੀਆਂ 1930 ਤੱਕ ਕਿਹਾ ਇਹਨਾਂ ਨੇ ਹਾਂਜੀ ਭਾਵੇਂ ਸਾਡਾ ਛੋਟਾ ਮਾਡਲ ਆ ਉਹ ਹਾਂਜੀ ਹਾਂ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ ਮੇਰਾ ਸ਼ਾਇਦ ਹਾਂਜੀ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ ਨਾ ਡੀਜ਼ਲ ਗੱਡੀਆਂ ਕਿੱਥੇ ਬੰਦ ਕੀਤੀਆਂ ਕਹਿੰਦੇ ਡੀਜ਼ਲ ਗੱਡੀਆਂ ਬੰਦ ਕਰ ਦਿੱਤੀਆਂ ਹਾਂਜੀ ਉਹਦੇ ਵਿੱਚ ਹੁਣ 15 ਸਾਡੇ ਮਾਡਲ ਜਿਹੜਾ ਉਹ ਸਾਰਾ ਬੰਦ ਕਰ ਦਿੱਤਾ ਵੀ ਹਾਂਜੀ ਉਹ ਜੈਡਲ ਵਿੱਚ ਜੈਡਲ ਕਿਹੜੇ ਵਿੱਚ ਆ ਗਿਆ ਸਾਰੇ ਵਿੱਚ 12.5 ਪੌਂਡ ਦੇਣੇ ਪੈਂਦੇ ਹੁਣ ਕੰਮ ਤੇ ਜਾਣਾ ਅਸੀਂ ਕਿੱਦਾਂ ਕੀ ਕਰਾਂਗੇ ਹਾਂਜੀ ਹਾਂਜੀ ਕਹਿੰਦੇ ਉਹ ਪੋਲੂਸ਼ਨ ਨਹੀਂ ਹੈਗਾ ਪੋਲੂਸ਼ਨ ਹੈ ਜੀ ਜਿਹੜਾ ਦਿਵਾਲੀ ਦੇ ਪਟਾਕਿਆਂ ਦੇ ਇੰਨਾ ਪੈਸਾ ਖਰਚਦੇ ਆਪਾਂ ਉਹ ਕਿਤੇ ਚੈਟੀ ਬੰਨ ਭੇਜ ਦਿਓ ਦੇ ਦਿਓ ਹਾਂਜੀ ਕਿਤੇ ਅਦਾਰੇ ਦੇ ਦਿਓ ਕਿਤੇ ਗੁਰਦੁਆਰੇ ਦੇ ਦਿਓ ਕਿਤੇ ਟੈਂਪਲ ਨੂੰ ਦੇ ਦਿਓ ਮੰਦਰ ਨੂੰ ਦੇ ਦਿਓ ਹਾਂਜੀ ਤੇ ਇੰਨੇ ਪਟਾਕੇ ਚਲਾਉਣੇ ਆ ਜਦੋਂ ਚੱਲਣੇ ਉਹਦਾ ਪ੍ਰਦੂਸ਼ਣ ਵੀ ਹੁੰਦਾ ਉਹ ਕਿਵੇਂ ਬੰਦ ਕਰਦੇ ਹਾਂਜੀ ਬਿਲਕੁਲ ਜਿਹੜੇ ਅਸੀਂ ਕੰਮ ਤੇ ਜਾਣਾ ਆ ਉਹ ਸਾਡੀ ਗੱਡੀਆਂ ਬੰਦ ਕਰ ਦਿੰਦੀਆਂ ਇਹ ਅਸਲ ਇਹ ਨਰਸ ਇਹੀ ਤਾਂ ਗੱਲ ਸਮਝਣ ਵਾਲੀ ਹੈ ਜਿੱਦਾਂ ਤੁਹਾਡੀ ਬਿਲਕੁਲ ਸਹੀ ਹੈ ਵੀ ਜਿਹੜਾ ਅਸਲ ਦੇ ਵਿੱਚ ਕੀ ਹੈ ਇਹ ਜਿਹੜਾ ਸਰਕਾਰਾਂ ਆ ਉਹਨਾਂ ਨੂੰ ਆਪਣੇ ਧੰਮ ਤੱਕ ਮਤਲਬ ਉਹਨਾਂ ਨੂੰ ਟੈਕਸ ਮਿਲਦਾ ਉਹ ਜਿਹੜਾ ਜਿਵੇਂ ਬਰਮਿੰਗਮ ਜਾਂ ਕਿਤੇ ਵੀ ਸ਼ਹਿਰ ਦੇ ਵਿੱਚ ਹੈ ਪੰਜਾਬ ਇੰਡੀਆ ਦੇ ਵਿੱਚ ਵੀ ਆ ਉਹਨਾਂ ਨੂੰ ਇਨਕਮ ਹੁੰਦੀ ਆ ਉਹ ਉਸ ਨੂੰ ਉਸ ਪਾਸੇ ਨੂੰ ਹੁੰਦੇ ਨੇ ਹਾਂ ਉਹਨਾਂ ਸਰਕਾਰਾਂ ਨੇ ਉਹਨਾਂ ਨੇ ਸਾਡੀ ਜਿਹੜੀ ਸਰਕਾਰ ਸਾਡੀ ਸ਼ੁਭ ਚਿੰਤਕ ਨਹੀਂ ਇੰਨੀਆਂ ਹੁੰਦੀਆਂ ਜਿੰਨੀਆਂ ਜਦ ਤੱਕ ਅਸੀਂ ਉਹਨਾਂ 'ਤੇ ਜ਼ੋਰ ਨਹੀਂ ਪਾਉਂਦੇ ਤੇ ਵਧੀਆ ਤੁਸੀਂ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਆ ਭਾਗਦੇ ਪਤਰੇ ਬਹੁਤ ਚੰਗੇ ਆ ਤੁਹਾਡੇ ਮੈਂ ਸੁਣਦਾ ਹੁੰਦਾ ਬਹੁਤ ਵਧੀਆ ਵਧੀਆ ਗੱਲਾਂ
लोग भी जिहड़े अपने अपने हैगे आ जिद्दां ओह भी विचार तकरार तुहाडे नाल करदे आ। बहुत वधिया तुहाडियां गल्लां तुहानूं नूं मिलदियां सानूं। वाहिगुरु सच्चे पातशाह इत्थे रखे भागदे मसले जिहड़े तुसीं प्रॉब्लम लैंदे आओ लै के आओ हांजी जी जी भगवान जी बी जरूरी नहीं निजाम कि प्रोवाइड की निजाम करता जी जिहड़ियां राजसी पार्टियां जां जिहड़ियां राज करदियां पार्टियां उह लोकां नूं ऑफर की करदियां। सानूं इहदे वल ध्यान करना चाहीदा। जे हुण पंजाब दी तुसीं शुरुआत च गल भगवान जी कीती सी, पंजाब तां नशियां ने खा लिया, छोटे तो छोटे बच्चे जिहड़े हैगे आ उहनां ते भी जिहड़ा नशा उपलब्ध है उहनां नूं कौन प्रोवाइड करदा शैल्टर? पोलीटिकल लोकां दा पिछे शैल्टर है उहनां नूं, चाहे उह वड्डियां पार्टियां, चाहे उह हकूमत करदी अकाली होवे, कांग्रेस होवे, जां कोई होर भी होवे, और उहनां दे पिछे उहनां दे महीने कीते हो आ। मैं सारियां नूं तां नहीं कहिंदा वी सारियां ने कित, पर एक वड्डा हिस्सा जो कुछ पंजाब दे विच जिहड़ा नशे दा मसला हैगा इहदे पिछे जिहड़े सियासी लोक आ इहनां दा हत्थ आ। इहदे विच कोई बंदा भी इनकार नहीं कर सकदा। जे कोई बंदा इनकार करदा उह रियलिटी तों भजदा आ। तो इस करके जिहड़े पंजाब आ इह नशियां ने खा लिया, सानूं नशियां दे विरुद्ध लोगों के जोड़े फौरी मसले जरूरी बनते हैं उन्होंने गल करनी चाहिए, ना कि असी अमी अपनिया जड़िया है पोलीटिकल रोटियां सेकण लई कोई गल्लां इदां दियां करिए जिन्हां दा कोई रीजनिंग नहीं है, जिहदी कोई सच नहीं हैगा। जथेदार साहब पहलां वाले उन्हां दी गल करदा कि तुस जिहड़े नशे तों गल आई, उन्हां जिन्हां जिहड़ी पार्टी दे विच उठदे बैठदे ने, जिन्हां नाल तुरदे फिरदे ने, उन्हां बहुत चंगी तरह पता उन्हां दे किहड़े किहड़े लीडरां दे वड्डे वड्डे लीडरां दे नाम, जिहड़े पंजाब दे बिग सप्लायर ने ड्रग्स दे, उन्हां नाल उन्हां दे नाम आउंदे ने। दोस्तों साडा मतलब यह है कि जिहड़ा भी कोई बंदा, कोई भी पार्टी, कोई भी इंसान जिहड़ा धर्म की पौड़ी ला के अपना मुनाफा कमाना चाहुंदा, अपने मनपसंद चीज़ां करनी चाहुंदा, उस तों बचो। वह चाहे मोदी की पौड़ी राम मंदिर होवे ते जां किसी होर की कोई पौड़ी होवे, तुहानूं उह तों ध्यान रखना पऊगा। जे कि राम मंदिर जिवें अगे कहिंदा सी, पहली गल करदे कि असीं किसे धर्म के खिलाफ नहीं, पर धर्म का नाम लै के बंदियां नूं गुमराह करके उन्हां नूं लुटना एक गुनाह आ। जदों भारत दे विच साढ़े पंजाब दे विच यूपी दे विच उत्थे खास करके जदों उत्थे लोक हस्पतालां दी घाट है, स्कूल है नहीं गे, चंगे पक्के स्कूल है नहीं गे, कच्चे स्कूल ने, लोकां कोल खाण नूं कुछ भी है नहीं गा, लोग तरसदे ने, उस जगह दे उत्ते तुहानूं राम मंदिर बनाउणा चाहीदा ते जां तुहानूं हस्पताल बनाउणे चाहीदे आ, स्कूल बनाउणे चाहीदे आ, यूनिवर्सिटियां बनाउणी चाहीदियां आ, वो चाहिए आ, थोनों जेडे लैब्स है वह बनाने चाहिए जिते साडे बच्चे टैसट कर सकन, नवीं दुनिया जी अज के जमाना आ उस दे बराबर आ सकन। थोनों कैमिस्ट्री शॉप के लिए थोनों बहुत स्पेशल खोलना चाहिए जी अज दुनिया सब तो ज़्यादा लोड़ है। तुम कहना चाहते कुछ? हाँ जी, मैं तो भगवान जी स्नेहा यही देना चाहना। भगत सिंह अक्सर कहा सर करता सी सानू इन्ना अध्ययन करना चाहिए कि सानू कोई भी सवाल साढ़े मूहरे पेश हो जवाब दे सकीए। मैं तो यह स्रोतियों को अपील करदा वध तो वध हिस्टरी का भी अध्ययन करो, हिस्टरी नूं भी पढ़ो कि सानू जिहड़ा असीं जिहड़ा उहनूं अज दे समय विच भी अपलाई करके देख सकीए कि असल विच हिस्टरी है की। मैं तो यह समझदा कि जबर चाहे किसी वालों भी आए सानू उहदे खिलाफ़ जिहड़ी आवाज़ बुलंद करनी चाहीदी आ, चाहे वह जबर मणिपुर विच होवे, चाहे वह जबर यूपी च होवे, जां गुजरात च होवे, जां पंजाब च होवे, जां किते भी दुनिया के किसी कोर्नर च भी जिहड़ी लोकां ते जबर हुंदा, धक्का हुंदा, सानू उहदे खिलाफ जिहड़ी आवाज़ बुलंद करनी चाहीदी आ। रेसिज़म दे खिलाफ, फासिज़म दे खिलाफ, जिहड़ियां लोकां नूं डेली लोड़ींदियां चीज़ां आ, सेहत, पढ़ाई ते दवाई, ये जिहड़ियां लोकां दी गरंटी हुण इन्हां तों पोलीटिकल लोकां को मंगनी चाहीदी। इन्हां ने सानू होर मुद्दे दित्ते हुआ जिन्हां दा कोई तुहाडी जिंदगी नाल वाला वाह वास्ता नहीं हुंदा ते लोक उह च उलझ जांदे आ। मैं तां अपील ये करदा लोकां नूं कि हिस्टरी पढ़ो, ज्ञानवान होवो, भगत सिंह दे कहण मुताबिक तुसीं इन्ना पढ़ो कि तुहानूं हर चीज़ की समझ आवे, तुसीं हर चीज़ का जवाब दे सको। दोस्तों जिहड़ा असीं प्रोग्राम पेश कीता इस दे विच बुलारियां दे प्रजेंटर अपने अपने ख्याल ने, वो कांशी टीवी का सहमत होना ना होना
कोई जरूरी नहीं है उस ते जे गल करते हैं साढ़े को दोहां भरावां को गल कोई गल किसी दे शान के खिलाफ क्योंकि जो धर्म की गल करते हैं कई बार वह दूसरों को दर्द लग दुख लगता हमेशा दुख लगता वो गुस्ताखी लिए माफ़ है कि साडा दिल दुखा नहीं साडा तो मतलब है कि आप सियाने बनीए अपने मुल्क इस पद्धर से लियाइए न्यूजीलैंड आस्ट्रेलिया कनेडा अमेरिका यूरोप के पद्धर से लियाइए जिते साडे बच्चों बाहर ना भजना पवे उत्थे अपने माँ बाप को बैठन नहीं तो अज जिहड़ी पंजाब की हालत है कि माँ बाप बजुर्ग घर बैठे ने कोई उन्होंने देखना नहीं पानी पाना नहीं गा बजुर्गों की डैथ हो जाती है मौत हो जाती है उन्होंने दाग देना भी पंजाब दे विच नौजवान उनका पुत उन्नती कोई अमेरिका इंग्लैंड यूरोप चो नहीं बोलता पहुँच नहीं सकता टाइम पर नहीं पहुँच सकता ये हालात साढ़े पंजाब के ने असी इस समाज में बदलीए ये असी वोटा देन लगे हाँ सियासी पार्टियां का करैक्टर चलिए सो ध्यान प्रोग्राम इतने खत्म करते हैं मेरे वालों सुरेंद्र जी वालों आप सब जय गुरदेव जय भीम जय इंसान प्यार।